ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਰੋਜ਼ਾਨਾ ਇਸ ਮੰਚ ਦੇ ਉੱਤੇ ਆਉਂਦੇ ਹਾਂ ਔਰ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ। ਅੱਜ ਵੀ ਤੁਹਾਡੇ ਸਾਹਮਣੇ ਰੱਖਾਂਗੇ ਇੱਕ ਅਜਿਹਾ ਮਸਲਾ ਜੋ ਕਿ ਮਸਲਾ ਸਿੱਧਾ ਪੰਥ ਦੇ ਨਾਲ ਜੁੜਿਆ ਹੋਇਆ। ਕਾਫੀ ਸਾਰੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਹਨ ਔਰ ਕਈ ਸਾਰੇ ਕਮੈਂਟਸ ਵੀ ਤੁਸੀਂ ਉਹਦੇ ਥੱਲੇ ਪਾ ਦਿੰਦੇ ਹੋ, ਲੇਕਿਨ ਉਹ ਵੀਡੀਓ ਵਾਇਰਲ ਹੋਈ, ਕਮੈਂਟਸ ਪਾਏ, ਕਿਸੇ ਨੇ ਲਾਈਕ ਕੀਤਾ, ਕਿਸੇ ਨੇ ਡਿਸਲਾਈਕ ਕੀਤਾ, ਉਸ ਤੋਂ ਬਾਅਦ ਉਹ ਗਾਇਬ ਹੋ ਗਈਆਂ। ਲੇਕਿਨ ਕਈ ਸਾਰੀ ਖਬਰਾਂ ਜਦ ਸਾਹਮਣੇ ਆਉਂਦੀਆਂ ਹਨ ਤਾਂ ਉਹ ਦਸਤਕ ਦਿੰਦੀਆਂ ਹਨ, ਸਾਨੂੰ ਨੌਕ ਨੌਕ ਕਰਦੀਆਂ ਹਨ, ਸਮਝਾਉਂਦੀਆਂ ਹਨ ਕਿ ਸਾਨੂੰ ਕਰਨਾ ਕੀ ਚਾਹੀਦਾ। ਕਈਆਂ ਨੂੰ ਅਸੀਂ ਅਵੋਇਡ ਕਰਦੇ ਨੇ, ਕਈਆਂ ਨੂੰ ਅਸੀਂ ਕਹਿੰਦੇ ਯਾਰ ਇਹ ਤਾਂ ਹੁੰਦਾ ਰਹਿੰਦਾ, ਕੋਈ ਕਹਿੰਦਾ ਕਿ ਮੇਰਾ ਵਿਸ਼ਾ ਨਹੀਂ ਹੈਗਾ ਇਹਦੇ ਉੱਤੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਕੋਈ ਕਹਿੰਦਾ ਕਿ ਇਸ ਵਿਸ਼ੇ ਦੇ ਉੱਤੇ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਹੈਗੀ। ਪਰ ਸਿਧਾਂਤਕ ਤੌਰ 'ਤੇ ਅਸੀਂ ਖੁਦ ਆਪ ਕੀ ਕੀਤਾ, ਔਰ ਜਦ ਅਸੀਂ ਆਪਣੀ ਗੱਲ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਔਰ ਖਾਸ ਤੌਰ ਦੇ ਉੱਤੇ ਨਿਰਪੱਖ ਗੱਲ ਤਦ ਸਾਹਮਣੇ ਆਉਂਦੀ ਹੈ ਕਿ ਜਦ ਅਸੀਂ ਉਹਦੇ ਉੱਤੇ ਰੋਡ ਮੈਪ ਤਿਆਰ ਕਰਦੇ ਹਾਂ। ਲੇਕਿਨ ਕਈ ਸਾਰੀਆਂ ਵਾਜਿਬ ਗੱਲਾਂ, ਕਈ ਸਾਰੀ ਸਹਿਮਤੀਆਂ ਸਾਹਮਣੇ ਨਹੀਂ ਬਣਦੀਆਂ, ਪਰ ਟੀਚਾ ਇਸ ਗੱਲ ਦਾ ਕਿ ਕੌਮ ਕਿਸ ਪਾਸੇ ਤੁਰ ਰਹੀ ਹੈ, ਪੰਥ ਕਿਸ ਪਾਸੇ ਜਾ ਰਿਹਾ। ਅੱਜ ਕੋਈ ਵੀ ਪ੍ਰਚਾਰਕ ਆਉਂਦਾ ਕਿੱਥੇ ਵੀ, ਕੋਈ ਵੀ ਗੱਲ ਕਰਦਾ, ਜਿਹਨੂੰ ਵਧੀਆ ਲੱਗਦੀ ਹੈ ਉਹ ਉਸ ਗੱਲ ਨੂੰ ਆਪਣੇ ਕੋਲ ਰੱਖ ਲੈਂਦਾ, ਜਿਹਨੂੰ ਨਹੀਂ ਲੱਗਦੀ, ਜਿਹਨੂੰ ਜੋ ਬਰਦਾਸ਼ਤ ਨਹੀਂ ਕਰ ਪਾਉਂਦਾ ਉਹਦਾ ਰੋਸ਼ ਮੁਜ਼ਾਹਰਾ ਕਰਕੇ ਵਿਰੋਧ ਕਰ ਦਿੰਦਾ। ਪਰ ਐਂਡ ਆਫ ਦਾ ਡੇ ਪੰਥ ਖੜ੍ਹਾ ਕਿੱਥੇ ਹੈ? ਅੱਜ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਸੀਂ ਬੜੇ ਹੀ ਹਰਸ਼ੋਲਾਸ ਨਾਲ ਵਿਸ਼ਵ ਭਰ ਦੇ ਵਿੱਚ ਮਨਾਵਾਂਗੇ। ਲੇਕਿਨ ਅੱਜ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ, ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਲੈਸਨਸ, ਗੁਰੂ ਨਾਨਕ ਦੇਵ ਜੀ ਦੇ ਵਿਚਾਰ ਜ਼ਮੀਨੀ ਪੱਧਰ 'ਤੇ ਕਿੱਥੇ ਖੜ੍ਹੇ ਹਨ? ਕਿ ਅੱਜ ਪੰਥ ਉਸ ਬਾਰੇ ਸੋਚਦਾ ਵੀ ਹੈ ਜਾਂ ਫਿਰ ਉਸ ਦਿਸ਼ਾ ਦੇ ਵੱਲ ਤੁਰ ਵੀ ਰਿਹਾ, ਇੱਕ ਵੱਡਾ ਸਵਾਲ ਬਣ ਜਾਂਦਾ। ਤਰਾਸਦੀ ਸਾਡੀ ਕੌਮ ਦੀ ਇਹ ਰਹੀ ਕਿ ਜਦ ਉਹ ਤੁਰਨਾ ਸ਼ੁਰੂ ਕਰਦਾ, ਜਦ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ ਤਾਂ ਫਿਰ ਕੋਈ ਹਥੌੜਾ ਲੈ ਕੇ ਸਿੱਧਾ ਪੈਰ 'ਚ ਵੱਟੇ ਮਾਰਦਾ ਔਰ ਉਹਨੂੰ ਡਿਗਾਉਣ ਦੀ ਕੋਸ਼ਿਸ਼ ਕਰਦਾ। ਅੱਜ ਤੋਂ ਨਹੀਂ, ਕਾਫੀ ਲੰਬੇ ਸਮੇਂ ਤੋਂ ਇਹ ਸਾਡੇ ਪੰਥ ਦੇ ਵਿੱਚ ਹੋ ਰਿਹਾ। ਕਈ ਸਾਰੀਆਂ ਤਾਕਤਾਂ ਹੋਂਦ ਦੇ ਵਿੱਚ ਆਈਆਂ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਕਿ ਜਦ ਇਹ ਇਕੱਠੇ ਤੁਰ ਪੈਣਗੇ ਤਾਂ ਇਹ ਰਾਜ ਕਰ ਲੈਣਗੇ, ਇਹਨਾਂ ਨੂੰ ਇਕੱਠਾ ਤੋਰੋ ਹੀ ਨਾ। ਮੈਨੂੰ ਯਾਦ ਹੈ ਕਿ ਜਦ ਮਹਾਰਾਜਾ ਰਣਜੀਤ ਸਿੰਘ ਆਪਣੇ ਉਸ ਦੌਰ ਦੇ ਸਮੇਂ ਦੇ ਵਿੱਚ ਜਦ ਉਹਨਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਤਾਂ ਸਭ ਤੋਂ ਅਹਿਮ ਟੀਚਾ ਉਹਨਾਂ ਦੇ ਜ਼ਿਹਨ ਦੇ ਵਿੱਚ ਸੀਗਾ ਕਿ ਮੈਂ ਪੰਥ ਨੂੰ ਇਕੱਠਾ ਤੋਰਨਾ, ਨਾਲ ਲੈ ਕੇ ਚੱਲਣਾ। ਕਈ ਸਾਰੀ ਤਾਕਤਾਂ ਉਸ ਟਾਈਮ ਵੀ ਵਚਨਬੰਧ ਹੋਈਆਂ ਕਿ ਇਹਨਾਂ ਨੂੰ ਤੋੜੋ, ਇਹਨਾਂ ਨੂੰ ਇਕੱਠਾ ਨਾ ਹੋਣ ਦਿਓ, ਲੇਕਿਨ ਫਿਰ ਵੀ ਉਹਨਾਂ ਨੇ ਆਪਣੇ ਹਰ ਉਸ ਗੱਲ ਦਾ ਧਿਆਨ ਰੱਖਿਆ ਜਿਸ ਨੇ ਪੰਥ ਨੂੰ ਇਕੱਠਾ ਤੋਰਨ ਦੇ ਲਈ ਮਜਬੂਰ ਕੀਤਾ। ਔਰ ਹੋਏ ਵੀ ਕਿਉਂ ਨਾ ਪੰਥ ਇਕੱਠਾ ਤੁਰੇ, ਲੇਕਿਨ ਅੱਜ ਤਰਾਸਦੀ ਇਹ ਹੋ ਗਈ ਕਿ ਕਈ ਸਾਰੇ ਸਿਆਸਤਦਾਨ ਵਿਕ ਗਏ, ਕਈ ਨੋਟ ਦੇ ਜ਼ਮੀਨ ਥੱਲੇ ਵਿਕ ਗਏ, ਕਈ ਵਿਕ ਗਏ ਆਪਣੀ ਕੁਰਸੀਆਂ ਲਈ, ਕਈ ਵਿਕ ਗਏ ਆਪਣੇ ਪਰਸਨਲ ਰੁਝੇਵਿਆਂ ਲਈ, ਕਈ ਵਿਕ ਗਏ ਕਿ ਸਾਨੂੰ ਕੋਈ ਫੇਵਰ ਲੈਣਾ ਪੈ ਸਕਦਾ, ਅਤੇ ਕਈ ਸਾਰੇ ਸਿਆਸਤਦਾਨ ਆਪਣੇ ਉਹਨਾਂ ਨੇ ਆਪ ਨੂੰ ਅੱਗੇ ਰੱਖਿਆ, ਪੰਥ ਨੂੰ ਉਹਨਾਂ ਨੇ ਹਮੇਸ਼ਾ ਪਿੱਛੇ ਰੱਖਿਆ, ਔਰ ਅੱਜ ਵੀ ਇਹੀ ਚੱਲ ਰਿਹਾ। ਇਹ ਗੱਲ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਹੈਗੀ, ਗੱਲ ਸੱਤ ਸਮੁੰਦਰ ਪਾਰ ਵੀ ਵੇਖਣ ਨੂੰ ਮਿਲਦੀ ਹੈ, ਪਰ ਕੋਈ ਖੁੱਲ੍ਹ ਕੇ ਸਾਹਮਣੇ ਬੋਲਦਾ ਨਹੀਂ, ਜ਼ਬਾਨ ਆ ਆ ਆ ਆ ਬੰਦ ਰੱਖਦਾ ਕਿ ਅਗਰ ਮੈਂ ਜ਼ਿਆਦਾ ਮੂੰਹ ਖੋਲਾਂਗਾ ਤਾਂ ਇਹਦਾ ਖਾਮਿਆਜ਼ਾ ਮੈਨੂੰ ਭੁਗਤਣਾ ਪੈ ਸਕਦਾ। ਲੇਕਿਨ ਸਵਾਲ ਵੱਡਾ ਇਹ ਬਣਦਾ ਕਿ ਅਸੀਂ ਕਦ ਬੋਲਾਂਗੇ ਜਦ ਸਾਡੇ ਲਈ ਪਾਣੀ ਸਰ ਤੋਂ ਉੱਤੇ ਨਿਕਲ ਜਾਏਗਾ ਤਾਂ ਬੋਲਾਂਗੇ। ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੋ ਵੀ ਉਹੀ ਰਿਹਾ, ਜਿੱਥੇ ਅਸੀਂ ਗੁਰੂ ਸਾਹਿਬ ਦੀ ਟੀਚਿੰਗਸ ਪ੍ਰੀਚਿੰਗਸ ਨੂੰ ਆਪਣੇ ਦਿਲਾਂ ਦੇ ਵਿੱਚ ਰੱਖਦੇ ਵੀ ਹਾਂ, ਜ਼ੁਬਾਨ ਦੇ ਉੱਤੇ ਉਤਾਰਦੇ ਵੀ ਹਾਂ,
और निजी जिंदगी दे विच उनू लैके भी जाने हैं, पर असी कदी भी गुरु नू रोड दे उत्ते खड़ा नहीं किया। असी गुरु नू कदी भी किसी स्टेज दे उत्ते खड़ा नहीं किया। असी अपने गुरुद्वारा साहिबान नू बचा के रखिया है, लेकिन यह फिर किहड़ियां ताकतां हन जो अज मजबूर कर रही हैं गुरु साहब नू स्टेजा दे उत्ते खड़ियां करवा रही हैं, वेशभूषा अपना के बकायदा तौर दे उत्ते। हरिमंदर साहब का हूबहू डिजाइन जिहड़ा वो बना के अंदर पूजा करवाइया जा रही हैं। कित्थे दबे हैं साढ़े सियासतदान, कित्थे रह रहे हैं साढ़े सियासतदान जो कि कौम के अपने आप को पैरादार कराते हैं। यह ज़्यादा मैं ना बोलता हुआ तस्वीर बयान कर रही हैं। अज मैं तुहानू सब तो पहला एक तस्वीर दिखाना चाहुंना जो कि सोशल मीडिया दे तो भी वायरल हुई। मैं रिपोर्ट दिखाना चाहुंना जो कि भारत तो बंगाल तो सामने आई सी, लेकिन उस तो पहला मैं तुहानू एक परफॉर्मेंस दिखाना चाहुंना जो कि तुहानू हैरान करेगी आखिरकार हो के रहा है और यह किहड़ियां ताकतां इस गल नू हल्लाशेरियां दे रही हैं। वड्डा सवाल बनता। दिल्ली तो एक वीडियो वायरल हुई हाल फिलहाल दे विच, हर पासे भारत दे विच रामलीला करवाई जा रही है, नवरात्रे चल रहे हैं, दशहरे का मौका हैगा जिथे अज दशहरा मनाया जा रहा। उत्थे अज तो ठीक चार पाँच दिन पहला एक वीडियो वायरल हुई दिल्ली दे विच जिथे स्टेज दे उत्ते एक निजी एंटरटेनमेंट कंपनी वालों परफॉर्मेंस कराई गई। जपजी साहब का पाठ जो कि मिस पूजा ने रिकॉर्ड किया सीगा, वो पाठ जिहड़ा हैगा जपजी साहब के मूल मंत्र वो बकायदा तौर उत्ते स्टेज के उत्ते प्ले किया गया। और सब तो वड्डी गल, गुरु नानक देव जी दी वेशभूषा पहना के गुरु नानक देव जी का रूप धारिया गया इस निजी कंपनी वालों। यह पहली बार नहीं होया, इस तो पहला जब मैं तुहानू याद करवा देवां सिर्फ बाबा राम रहीम ने गुरु गोबिंद सिंह जी की पोशाक पहन के बकायदा तौर उत्ते जिवें उन्हें अमृत छकाया सीगा तां किन्ने वड्डे रोज़ मुजाहरे असी वेखे सीगे। लेकिन हुण दीआं सरकारां, हुण दे सियासतदान, हुण दीआं रिलीजियस बॉडी क्यों चुप हन? जब असी इस रिपोर्ट के उत्ते सर्च रिसर्च करन दी कोशिश कीती तां असी सवाल दिल्ली सिख गुरुद्वारा प्रबंधक कमेटी के मौजूदा प्रधान मनजिंदर सिंह सिरसा नूं कीता, साबका प्रधान मनजीत सिंह जी के नूं कीता, तां उन्होंने कहा जी असी माफ़ी मंगा ली है। लेकिन माफ़ी मंगाउणा की इस गल दे उत्ते साडा समस्या का हल बनता? जब यह सवाल गोबिंद सिंह लौंगोवाल श्रोमणी गुरुद्वारा प्रबंधक कमेटी तो अज किया गया, उन्होंने कहा गया कि तुसी तुहानू असी अज लेना चाहुंदे हां फोन दे उत्ते, तो उन्होंने साफ इनकार कर दिता कि मैं इस विषय दे उत्ते नहीं बोलना चाहुंदा। धारा लगती है 295A, वो धारा की कहती है इंडियन पीलन कोड के हिसाब नाल, उहदे उत्ते भी असी चाणा जरूर पाना चाहवांगे। आखिरकार किसी भी रिलीजियस बॉडी ने क्यों नहीं कोई कंप्लेंट दर्ज करवाई? श्रोमणी गुरुद्वारा प्रबंधक कमेटी, नुमाइंदा जमात, उस तो बाद दिल्ली सिख गुरुद्वारा प्रबंधक कमेटी साड़ी जमात, श्रोमणी अकाली दल साड़ी पंथक जमात, वो कहती है अपने आप नूं ते हुण क्यों चुप बैठ गए? किहड़ियां ताकतां इन्हां नूं कह रही हैं कि चुप रहो, ज़्यादा बयानबाजी ना करो? गल एक होर भी निकल के सामने आई कि जब यह परफॉर्मेंस हुई तो एक भी नुमाइंदा सामने नहीं आया जिन्हें ये उत्ते स्टैंड लिता होवे। खबर सोशल मीडिया के उत्ते वायरल होगी, लेकिन किसी भी मीडिया ने इनू नहीं चलाया, ना इस उत्ते कोई बहस की। असी नहीं छड़ांगे, लैके आवांगे, क्योंकि जिम्मेवारी बनती है साड़ी। और सवाल भी पूछांगे इन्हां सियासतदानां तों कि तुसी चुप क्यों बैठे, किन्ने क्या तुहानू चुप बैठण दे लई। मैं एक रिपोर्ट तुहानू होर वीडियो दिखाउणा जो कि बंगाल तो सामने आई है, दुर्गा पूजा हाल फिलहाल दे विच चल रही है जिथे हरिमंदर साहब की कॉपी की गई बकायदा तौर दे उत्ते, इहदे अंदर पूजा की जा रही है, सरोवर भी उत्थे बनाया गया, जूते चप्पल लै के जिहड़े लोग उत्थे पहुँच रहे ने वो अंदर जा रहे ने। पहला जिस तुसी गेट दे विच अंदर वड़दे हो तो मूल मंत्र तुहानू सुनण नू मिलदा, उस तो बाद सीधा अंदर गाने वजदे हन बॉलीवुड दे। कई सारी संस्थावां ने यह कहण दे विच मजबूर करवाया सानू कि यह हरिमंदर साहब ने तो सुवण मंदिर है,
ਅੱਜ ਉਹ ਮੰਦਿਰ ਬੰਗਾਲ ਦੇ ਵਿੱਚ ਖੜ੍ਹਾ ਵੀ ਕਰ ਦਿੱਤਾ ਜਿੱਥੇ ਦੁਰਗਾ ਪੂਜਾ ਬਕਾਇਦਾ ਤੌਰ 'ਤੇ ਰੱਖੀ ਗਈ ਔਰ ਉੱਥੇ ਕਈ ਸਾਰੇ ਲੋਕ ਪਹੁੰਚੇ ਵੀ ਔਰ ਉਹਨਾਂ ਨੇ ਪੂਜਾ ਵੀ ਕੀਤੀ। ਅੱਜ ਇਹ ਹੋ ਵੀ ਗਿਆ ਭਾਰਤ ਦੇ ਵਿੱਚ। ਆਖਿਰਕਾਰ ਜਿਸ ਗੱਲ ਦੀ ਸਾਨੂੰ ਬਹੁਤ ਲੰਬੇ ਸਮੇਂ ਤੋਂ ਉਡੀਕ ਸੀਗੀ ਕਿ ਇਹ ਬਹੁਤ ਜਲਦ ਹੋਵੇਗਾ, ਇਹ ਹੋ ਗਿਆ। ਲੇਕਿਨ ਸਵਾਲ ਵੱਡਾ ਇੱਥੇ ਇਹੀ ਬਣਦਾ ਕਿ ਹੁਣ ਕਿੱਥੇ ਗਈ ਇਹਨਾਂ ਦੀ ਰਹਿਤ ਮਰਿਆਦਾ, ਕਿੱਥੇ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਕਿੱਥੇ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਸਾਰੀ ਟੀਮ, ਕਿੱਥੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ, ਕਿੱਥੇ ਗਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ? ਕੋਈ ਸਾਹਮਣੇ ਨਹੀਂ ਆਇਆ ਔਰ ਕਿਸੇ ਨੇ ਇਸ ਖਬਰ ਨੂੰ ਲਿਆਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਨਾ ਕਿਸੇ ਨੇ ਕੋਈ ਬਿਆਨ ਦਿੱਤਾ, ਨਾ ਕਿਸੇ ਨੇ ਕੋਈ ਸ਼ਿਕਾਇਤ ਦਰਜ ਕਰਵਾਈ। 295A ਕਿਉਂ ਨਹੀਂ ਦਰਜ ਹੋਈ, ਕਿਉਂ ਨਹੀਂ ਕਰਵਾਈ ਗਈ, ਕਿਉਂ ਰਿਲੀਜੀਅਸ ਸੈਂਟੀਮੈਂਟ ਦੇ ਨਾਲ ਖੇਡਿਆ ਗਿਆ? ਇਹ ਸਵਾਲ ਬਣਦੇ ਹਨ ਵੱਡੇ। ਕਿਉਂ ਨਹੀਂ ਇਸ ਖਬਰ ਨੂੰ ਲਿਆਇਆ ਗਿਆ? ਕਿਉਂ ਨਹੀਂ ਅੱਜ ਨੈਸ਼ਨਲ ਮੀਡੀਆ ਵੀ, ਸੋਸ਼ਲ ਮੀਡੀਆ ਭਾਵੇਂ ਅੱਜ ਹੋਂਦ ਦੇ ਵਿੱਚ ਆ ਚੁੱਕੀ ਹੈ, ਲੇਕਿਨ ਕਿਉਂ ਨਹੀਂ ਇਸ ਖਬਰ ਨੂੰ ਸਾਹਮਣੇ ਲਿਆਇਆ ਗਿਆ, ਕਿਉਂ ਇਹ ਖਬਰ ਦੱਬੀ ਗਈ? ਸਵਾਲ ਵੱਡਾ ਇਹ ਬਣਦਾ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵੀ ਇਹਨਾਂ ਸਿਆਸਤਦਾਰਾਂ ਤੋਂ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਫੋਨ 'ਤੇ ਆ ਗਏ। ਲੇਕਿਨ ਜਦ ਅਸੀਂ ਇਹਨਾਂ ਨੂੰ ਇਸ ਮਸਲੇ 'ਤੇ ਕਿਹਾ ਕਿ ਅਸੀਂ ਤੁਹਾਨੂੰ ਅੱਜ ਲੈਣਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਜੇ ਸ਼ਲਾਘਾ ਕਰਨੀ ਹੁੰਦੀ ਤਾਂ ਹੁਣ ਉਹ ਸਭ ਤੋਂ ਪਹਿਲਾਂ ਫੋਨ ਦੇ ਵਿੱਚ ਆਏ ਹੁੰਦੇ ਔਰ ਬੈਠੇ ਵੀ ਹੁੰਦੇ ਔਰ ਤਿਆਰ ਹੋ ਕੇ ਕਹਿ ਪੁੱਛ ਰਹੇ ਹੁੰਦੇ ਕਿ ਉਹ ਜਸ ਪੰਜਾਬੀ ਵਾਲੇ ਕਦ ਫੋਨ ਕਰਨਗੇ ਸਾਨੂੰ, ਕਿਉਂਕਿ ਅੱਜ ਅਸੀਂ ਆਪਣੀ ਗੱਲ ਕਰਨੀ ਹੈ। ਔਰ ਜਦ ਅੱਜ ਪੰਥ ਦੀ ਗੱਲ ਆਈ ਹੈ ਤਾਂ ਪਿੱਠ ਦਿਖਾ ਗਏ। ਲੇਕਿਨ ਲਿਆਵਾਂਗੇ ਇਹਨਾਂ ਨੂੰ ਇਸੀ ਮੰਚ ਦੇ ਉੱਤੇ ਲਿਆਵਾਂਗੇ ਔਰ ਪੁੱਛਾਂਗੇ ਇਹਨਾਂ ਤੋਂ ਸਵਾਲ। ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰ ਰਹੇ ਸੀਗੇ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਹਨ ਸੋਸ਼ਲ ਮੀਡੀਆ ਦੇ ਉੱਤੇ, ਅਤੇ ਇੱਕ ਤਾਂ ਦਿੱਲੀ ਤੋਂ ਜਿਹੜੀ ਰਾਮਲੀਲਾ ਦੀ ਸਾਰੀ ਸਾਡੇ ਸਾਹਮਣੇ ਵੀਡੀਓ ਆਈ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਬਕਾਇਦਾ ਤੌਰ ਦੇ ਉੱਤੇ ਸਟੇਜ ਦੇ ਉੱਤੇ ਵੇਸ਼ਭੂਸ਼ਾ ਪਹਿਨਾ ਕੇ ਪਰਫੋਰਮੈਂਸ ਕਰਾਈ ਗਈ ਬਾਲੀਵੁੱਡ ਦੇ ਸੌਂਗ ਦੇ ਉੱਤੇ। ਪਹਿਲਾਂ ਮੂਲ ਮੰਤਰ ਕਰਵਾਇਆ ਜਾਂਦਾ, ਉਸ ਤੋਂ ਬਾਅਦ ਬਾਲੀਵੁੱਡ ਸੌਂਗ ਸ਼ੁਰੂ ਹੁੰਦਾ ਜਿੱਥੇ ਨੱਚਦੇ ਟੱਪਦੇ ਹੋਏ ਇਹ ਪਰਫੋਰਮੈਂਸ ਜਿਹੜੇ ਪਰਫੋਰਮਰ ਸੀਗੇ ਨਜ਼ਰ ਆਏ। ਅਤੇ ਉੱਥੇ ਦੂਜੇ ਪਾਸੇ ਬੰਗਾਲ ਦੇ ਵਿੱਚ ਜਿੱਥੇ ਹਰਿਮੰਦਰ ਸਾਹਿਬ ਦੀ ਬਖੂਬੀ ਪੂਰੀ ਜਿਹੜੀ ਕਾਪੀ ਹੈਗੀ ਹੈ ਰੂਬ ਉਹੀ ਬਣਾਈ ਗਈ ਉੱਥੇ, ਅਤੇ ਜਿਹੜੀ ਵੀਡੀਓਜ਼ ਦੇ ਉੱਤੇ ਅਸੀਂ ਇਸ ਟਾਈਮ ਝਾਤੀ ਪਾਈ ਸੀਗੀ। ਲੇਕਿਨ ਹੁਣ ਮੇਰੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਰਾਜਿੰਦਰ ਸਿੰਘ ਖਾਲਸਾ ਜੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਜਦ ਗੱਲ ਕੌਮ ਦੇ ਉੱਤੇ ਸੈਂਟੀਮੈਂਟਸ ਨੂੰ ਹਰਟ ਕਰਨ ਦੀ ਆਉਂਦੀ ਹੈ ਤਾਂ ਹਮੇਸ਼ਾ ਅਸੀਂ ਉਹਨਾਂ ਨੂੰ TV ਡਿਬੇਟਸ ਦੇ ਉੱਤੇ ਬੋਲਦੇ ਹੋਏ ਵੇਖਿਆ ਵੀ ਹੈ, ਅਤੇ ਨਾਲ ਹੀ ਕਈ ਸਾਰੀ ਕਿਤਾਬਾਂ ਉਹ ਲਿਖ ਚੁੱਕੇ ਹਨ। ਹਾਲ ਫਿਲਹਾਲ ਦੇ ਵਿੱਚ ਇੱਕ ਬਹੁਤ ਵੱਡੀ ਕਿਤਾਬ ਜੋ ਕਿ ਉਹ ਲਿਖ ਰਹੇ ਹਨ, ਡੇਰਾਵਾਦ ਬਨਾਮ ਸਿੱਖ ਪੰਥ, ਉਹ ਵੀ ਹੁਣ ਹੋਣ ਦੇ ਵਿੱਚ ਬਹੁਤ ਹੀ ਜਲਦ ਆਉਣ ਵਾਲੀ ਹੈ। ਅਤੇ ਨਾਲ ਗੱਲ ਕਦੀ ਵੀ ਧਾਰਮਿਕ ਨਾਲ ਧਰਮ ਨਾਲ ਸੰਬੰਧਿਤ ਹੋਏ ਧਾਰਮਿਕ ਗੱਲਾਂ ਹੋਣ ਤਾਂ ਉਹ ਹਮੇਸ਼ਾ ਵਚਨਬੰਦ ਹੁੰਦੇ ਹਨ। ਅਤੇ ਅੱਜ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਚੰਡੀਗੜ੍ਹ ਤੋਂ ਰਾਜਿੰਦਰ ਸਿੰਘ ਖਾਲਸਾ ਜੀ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਰਾਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਿੰਦਰ ਸਿੰਘ ਜੀ, ਕਿਸ ਤਰੀਕੇ ਨਾਲ ਵੇਖ ਰਹੇ ਹੋ? ਪਹਿਲਾਂ ਤਾਂ ਮੈਂ ਇਸ ਵੀਡੀਓਜ਼ ਦੇ ਉੱਤੇ ਤੁਹਾਡੇ ਕਮੈਂਟ ਜਾਣਨਾ ਚਾਹਾਂਗਾ, ਫਿਰ ਬਾਅਦ 'ਚ ਮੈਂ ਇੱਕ ਸਵਾਲ ਤੁਹਾਨੂੰ ਜ਼ਰੂਰ ਪੁੱਛਾਂਗਾ। ਦੇਖੋ ਅਲਵਾਲੀਆ ਜੀ, ਗੱਲ ਇਹ ਹੈ, ਇਹ ਜੋ ਕੁਝ ਹੋਇਆ ਕੋਈ ਨਵਾਂ ਨਹੀਂ ਹੈ ਜੀ। ਬੜੇ ਲੰਬੇ ਸਮੇਂ ਤੋਂ ਹਮਲੇ ਹੋ ਰਹੇ ਨੇ, ਜਿਸ ਨਾਲ ਦੋ ਕੋਸ਼ਿਸ਼ਾਂ ਹੋ ਰਹੀਆਂ ਨੇ। ਇੱਕ ਤੇ ਸਿੱਖ ਸਿਧਾਂਤਾਂ ਨੂੰ ਡਿਲੀਟ ਕੀਤਾ ਜਾਏ ਜੀ, ਦੂਸਰਾ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੇ ਸਾਰੇ ਸਮੁੰਦਰ ਦੇ ਵਿੱਚ ਗਰਜਨ ਕਰ ਲਿਆ ਜਾਏ ਜੀ। ਲੇਕਿਨ ਆਹ ਪਿਛਲੇ ਦਿਨਾਂ ਦੇ ਵਿੱਚ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਬਹੁਤ ਤੇਜ਼ ਹੋ ਗਈਆਂ ਨੇ ਜੀ। ਆਹ ਤਿੰਨ ਹਮਲੇ ਤੇ ਹੁਣ ਨਾਲ ਨਾਲ ਹੀ ਹੋ ਰਹੇ ਨੇ। ਸਭ ਤੋਂ ਪਹਿਲਾਂ ਇੱਕ ਫੋਟੋ ਔਰ ਵੀਡੀਓ ਜਾਰੀ ਕੀਤੀ ਗਈ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਗਣੇਸ਼ ਨੂੰ ਬਿਠਾਇਆ ਗਿਆ, ਚੌਰ ਕਰ ਰਿਹਾ ਜੀ, ਔਰ ਚੂਹੇ ਗਣੇਸ਼ ਦੀ ਸਵਾਰੀ ਕਿਹਾ ਜਾਂਦਾ, ਚੂਹੇ ਦੀ ਸਵਾਰੀ ਹੈ ਜੀ, ਤੇ ਚੂਹੇ ਬਣਾਏ ਗਏ, ਉਹ ਕੀਰਤਨ ਕਰਨ ਦੇ ਰਾਗੀ ਬਣਾ ਕੇ ਬਿਠਾਏ ਗਏ ਜੀ। ਉਹਦੇ ਬਾਅਦ ਦੂਸਰਾ ਹਮਲਾ ਹੋਇਆ, ਜਿਹੜਾ ਲਾਈਵ ਹਮਲਾ ਹੈ, ਜਿਹੜਾ ਦਿੱਲੀ ਦੇ ਵਿੱਚ ਰਾਮਲੀਲਾ ਕਰਦੇ ਹੋਏ ਉੱਥੇ ਦੋ ਵੱਡੀਆਂ ਵਾਜੀਆਂ ਹੋਈਆਂ ਨੇ। ਇੱਕ ਅਸੀਂ ਗੁਰੂ ਸਾਹਿਬਾਨ ਹੀ ਨਹੀਂ, ਗੁਰੂ ਸਾਹਿਬਾਨ ਦੇ ਪਰਿਵਾਰ ਜਾਂ ਜਿਹੜੇ ਪ੍ਰਮੁੱਖ ਗੁਰਸਿੱਖ ਨੇ ਉਹਨਾਂ ਦੀਆਂ ਨੀ ਕੋਈ ਬੰਦਾ ਕਰੈਕਟਰ
ਇਤਰਾਜ਼ ਕਰਨੇ ਜੀ ਬਿਲਕੁਲ ਅਸੀਂ ਕਿਸੇ ਮੁਲਕ ਨੂੰ ਇਹ ਧਾਰ ਨਹੀਂ ਦਿੱਤਾ ਹੋਇਆ ਕਿ ਸਾਡੇ ਗੁਰੂ ਸਾਹਿਬ ਦਾ ਰੂਪ ਧਾਰਨ ਕਰ ਸਕੇ ਬਿਲਕੁਲ ਲੇਕਿਨ ਉੱਥੇ ਗੁਰੂ ਨਾਨਕ ਸਾਹਿਬ ਦਾ ਮਤਾ ਬਣਾ ਕੇ ਸਾਹਿਬ ਗਿਆ ਗੁਰੂ ਨਾਨਕ ਬਣਾ ਕੇ ਉਹਦੇ ਸਾਹਮਣੇ ਮੂਲ ਮੰਤਰ ਦਾ ਪਿੱਛੇ ਕੀਰਤਨ ਲਾਇਆ ਹੋਇਆ ਉਹਦੀ ਰਿਕਾਰਡਿੰਗ ਲਾਈ ਹੋਈ ਹੈ ਤੇ ਨਾਲ ਉੱਧਰ ਤੇ ਡਾਂਸ ਕੀਤਾ ਜਾ ਰਿਹਾ ਜਿਹੜੀਆਂ ਪਰੰਪਰਾਵਾਂ ਨੂੰ ਗੁਰਮਤਿ ਨੇ ਰੱਦ ਕੀਤਾ ਜੀ ਜਿਹੜੀਆਂ ਸਿੱਖੀ ਦੇ ਸਿਧਾਂਤ ਦੇ ਉਲਟ ਨੇ ਜੀ ਉਹਨਾਂ ਨੂੰ ਔਰ ਇਹ ਸਿੱਖੀ ਦੇ ਸਿਧਾਂਤ ਦੇ ਉਲਟ ਨੇ ਲੇਕਿਨ ਹਿੰਦੂ ਕੌਮ ਦੇ ਵਿੱਚ ਪ੍ਰਵਾਨਿਤ ਨੇ ਜੀ ਉਹਨਾਂ ਨੂੰ ਸਿੱਖ ਕੌਮ ਦੇ ਵਿੱਚ ਵੀ ਪ੍ਰਵਾਨਿਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਲੈਕ ਬਲੋਕ ਤੋਂ ਜੀ ਜਿਵੇਂ ਉਹ ਜਗਰਾਤੇ ਵਗੈਰਾ ਕਰਦੇ ਨੇ ਉਹਦੇ ਵਿੱਚ ਨੱਚਦੇ ਨੇ ਮੁਬਾਰਕ ਹੈ ਉਹਨਾਂ ਦਾ ਕੰਮ ਹੈ ਲੇਕਿਨ ਸਾਡਾ ਨਹੀਂ ਅਸੀਂ ਤੇ ਗੁਰਬਾਣੀ ਨੂੰ ਮਨ ਦੀ ਅਵਸਥਾ ਨੂੰ ਉੱਚਾ ਚੁੱਕਣ ਵਾਲੀ ਚੀਜ਼ ਸਮਝਦੇ ਹਾਂ ਨਾ ਕਿ ਨੱਚਣ ਟੱਪਣ ਵਾਲੀ ਜੀ ਜੀ ਗੁਰਬਾਣੀ ਤੇ ਗਿਆਨ ਨਾਲ ਆਪਣੇ ਜੀਵਨ ਨੂੰ ਰੋਸ਼ਨਾਉਣਾ ਹੈ ਜੀ ਨੱਚਣ ਟੱਪਣ ਨਾਲ ਉਹ ਰੋਸ਼ਨੀ ਨਹੀਂ ਆਉਣੀ ਉਹ ਚੰਦ ਨਹੀਂ ਹੋਣਾ ਮਨ ਦਾ ਹਨੇਰਾ ਦੂਰ ਨਹੀਂ ਹੋਣਾ ਜੀ ਬਿਲਕੁਲ ਪਰ ਰਾਜਿੰਦਰ ਸਿੰਘ ਜੀ ਸਵਾਲ ਵੱਡਾ ਇੱਥੇ ਇਹ ਬਣਦਾ ਨਾ ਜਿਹੜੀਆਂ ਸਾਡੀਆਂ ਜਿਹੜੀਆਂ ਪੰਥਕ ਜਮਾਤਾਂ ਹਨ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਕਦੀ ਕਵਾਰ ਜਦ ਕੌਮ ਖਤਰੇ 'ਚ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਸਾਹਮਣੇ ਆ ਜਾਂਦੀ ਹੈ ਤਾਂ ਹੁਣ ਇਹ ਜਮਾਤਾਂ ਕਿੱਥੇ ਗਈਆਂ ਇਹਨਾਂ ਦੇ ਨੁਮਾਇੰਦੇ ਕਿੱਥੇ ਗਏ ਨਹੀਂ 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 ਸਭ ਤੋਂ ਵੱਡੀ ਗਲਤੀ ਤੇ ਇਹ ਹੈ ਜਿਸ ਵੇਲੇ ਅਸੀਂ ਇਹਨਾਂ ਨੂੰ ਆਡਿਟ ਕਰਕੇ ਦੇਖ ਰਹੇ ਹਾਂ ਜੀ ਇੱਕ ਗੱਲ ਸਮਝੋ ਕਿ ਭਾਵੇਂ ਦਿੱਲੀ ਕਮੇਟੀ ਹੈ ਉੱਥੇ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਆਪਣਾ ਅਕਾਲੀ ਦਲ ਦਾ ਜੀ ਆ ਹੁਣ ਬਿਲਕੁਲ ਤਿੰਨੋ ਜਮਾਤਾਂ ਹੱਟੀ ਸੱਟੀ ਹਨ ਲੇਕਿਨ ਚਲੋ ਫਿਰ ਵੀ ਅਸੀਂ ਕਹਿ ਲੈਣੇ ਕਿ ਤਿੰਨ ਪ੍ਰਮੁੱਖ ਜਮਾਤਾਂ ਹਨ ਲੇਕਿਨ ਉਹਨਾਂ ਦਾ ਇੱਕ ਵੀ ਨੁਮਾਇੰਦਾ ਸਾਹਮਣੇ ਨਹੀਂ ਆਇਆ ਤੁਸੀਂ ਇੱਕ ਗੱਲ ਨੂੰ ਸਮਝੋ ਕੰਟਰੋਲ ਕਿਹਦਾ ਜੀ ਜੀ ਜਿਹਦਾ ਕੰਟਰੋਲ ਹੈ ਉਹਦੇ ਮੁਤਾਬਕ ਸਾਰਾ ਹੋਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅੰਮ੍ਰਿਤਸਰ ਦੇ ਉੱਤੇ ਵੀ ਅਕਾਲੀ ਦਲ ਦਾ ਕੰਟਰੋਲ ਹੈ ਜੀ ਜਿਹਨੂੰ ਚਾਹ ਉਹਨੂੰ ਪ੍ਰਧਾਨ ਬਣਾ ਸਕਦਾ ਹੈ ਬਾਦਲ ਜਿਹਨੂੰ ਚਾਹੇ ਉਹਨੂੰ ਜਥੇਦਾਰ ਬਣਾ ਸਕਦਾ ਬਾਦਲ ਇਹ ਤਾਂ ਅਸੀਂ ਬੜੇ ਵੱਡੇ ਭੁਲੇਖੇ ਕਰਾਂਗੇ ਸਾਰੀਆਂ ਸੰਸਥਾਵਾਂ ਜੋ ਸਾਡੀਆਂ ਰੱਖੀਆਂ ਨੇ ਉਹਨਾਂ ਦੀ ਫਰੰਟ ਜਿਹੜੀ ਹੈ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਹੈ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਰਾਸ਼ਟਰੀ ਸਵੰਮ ਸੇਵਕ ਸੰਘ ਦਾ ਪੋਲੀਟੀਕਲ ਵਿੰਗ ਹੈ ਜੀ ਉਹ ਪਾਲਿਸੀ ਭਾਰਤੀ ਜਨਤਾ ਪਾਰਟੀ ਦੀਆਂ ਚੱਲਦੀਆਂ ਨੇ ਉਹ ਆਰਐਸਐਸ ਦੀਆਂ ਪਾਲਿਸੀ ਚੱਲਦੀਆਂ ਨੇ ਜੀ ਔਰ ਇਹਨਾਂ ਦੀ ਰਿਸ਼ਤੇਦਾਰੀ ਇੱਡੀ ਪੱਕੀ ਆ ਅਕਾਲੀ ਤਾਂ ਕਹਿੰਦੇ ਨੇ ਕਿ ਸਾਡਾ ਹਸਬੈਂਡ ਵਾਈਫ ਦਾ ਰਿਸ਼ਤਾ ਹੈ ਅਤੇ ਉਹਨਾਂ ਇਹ ਨਹੀਂ ਕਲੀਅਰ ਕੀਤਾ ਕਿ ਉਹਨਾਂ ਤੋਂ ਹਸਬੈਂਡ ਕੌਣ ਹੈ ਤੇ ਵਾਈਫ ਕੌਣ ਹੈ ਉਹ ਤਾਂ ਕੋਈ ਗੱਲ ਨਹੀਂ ਬਹੁਤ ਜਲਦੀ ਇਹਨਾਂ ਨੂੰ ਪੰਥ ਜਿਹੜਾ ਡਿਵੋਰਸ ਵੀ ਦੇ ਸਕਦਾ ਜੇਕਰ ਸਾਹਮਣੇ ਨਹੀਂ ਆਉਣਗੇ ਰਾਜਿੰਦਰ ਸਿੰਘ ਜੀ ਸਵਾਲ ਵੱਡਾ ਹੈ ਬਣਦਾ ਪੰਥ ਨੇ ਤੇ ਡਾਈਵੋਰਸ ਦਿੱਤਾ ਪਿਆ ਹੈ ਇਸ ਵੇਲੇ ਲੇਕਿਨ ਉਹ ਸਰਕਾਰੀ ਤਾਕਤ ਦੇ ਜ਼ਰੀਏ ਕਾਬਜ਼ ਨੇ ਹਾਂ ਪੰਥ ਨੇ ਤੇ ਬਾਦਲ ਪਰਿਵਾਰ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਪਿਛਲੇ ਦੋ ਇਲੈਕਸ਼ਨਾਂ ਦੇ ਵਿੱਚ ਜਿਹੜਾ ਬੜਾ ਸਪਸ਼ਟ ਹੋ ਗਿਆ ਠੀਕ ਹੈ ਲੇਕਿਨ ਇੱਥੇ ਕੁਝ ਆਪਣੀਆਂ ਵੀ ਕਮਜ਼ੋਰੀਆਂ ਨੇ ਠੀਕ ਹੈ ਕਿਉਂਕਿ ਅਸੀਂ ਬਾਦਲ ਦਲ ਦਾ ਬਦਲ ਨਹੀਂ ਦੇ ਸਕੇ ਹਾਂ ਅਕਾਲੀ ਦਲ ਦਾ ਬਦਲ ਨਹੀਂ ਦੇ ਸਕੇ ਉਹਦੇ ਕਰਕੇ ਬਾਰ ਬਾਰ ਉਹਨਾਂ ਨੂੰ ਦੁਬਾਰਾ ਤਾਕਤ ਮਿਲ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਪੂਰਾ ਆਰਐਸਐਸ ਦਾ ਸਹਿਯੋਗ ਹੋ ਸਕਦਾ ਔਰ ਨਾਲ ਬੀਜੇਪੀ ਦਾ ਵੀ ਅੱਛਾ ਇਹ ਸਾਰੀ ਗੇਮ ਹੀ ਆਰਐਸਐਸ ਦੀ ਚੱਲ ਰਹੀ ਹੈ ਹਾਂ ਮੈਂ ਦੱਸਿਆ ਹੋਇਆ ਦੋ ਮੇਨ ਮਕਸਦ ਨੇ ਨੰਬਰ 1 ਸਿੱਖ ਸਿਧਾਂਤਾਂ ਨੂੰ ਡਿਲੀਟ ਕਰਨਾ ਉਹਦੇ ਸਿੱਖ ਸਿਧਾਂਤ ਉੱਤੇ ਰਹੇਗਾ ਉਹਨਾਂ ਵਿੱਚ ਮਰਜ਼ ਨਹੀਂ ਹੋ ਸਕਦਾ ਜੀ ਉਹ ਵਖਰੇਵਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਲਾਈਨ ਕੀਤੀ ਹੋਈ ਹੈ ਜੀ ਉਹ ਤਾਂ ਬਣੀ ਰਹੇਗੀ ਜੀ ਉਹ ਚਾਹੁੰਦੇ ਨੇ ਸਿੱਖ ਸਿਧਾਂਤਾਂ ਨੂੰ ਵੀ ਡਿਲੀਟ ਕਰ ਦੇਈਏ ਡਿਲੀਟ ਕਰਕੇ ਆਪਣੇ ਅੰਦਰ ਜਜ਼ਬ ਕਰ ਲਈਏ ਉਹ ਹੋਂਦ ਮਿਟਾਉਣਾ ਚਾਹੁੰਦੇ ਨੇ ਸਾਡੀ ਬਿਲਕੁਲ ਹੋਂਦ ਨੂੰ ਮਿਟਾਉਣਾ ਚਾਹੁੰਦੇ ਨੇ ਬਿਲਕੁਲ ਜਿਸ ਵੇਲੇ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਜੀ ਉਸ ਵੇਲੇ ਧਾਰਾ 25(b)(2) ਜਿਹੜੀ ਹੈ ਉਹ ਬੜਾ ਸਪਸ਼ਟ ਲਿਖ ਦਿੱਤਾ ਗਿਆ ਉਹਦੇ ਵਿੱਚ ਹੁਣ ਮਾਫ਼ ਕਰਨਾ ਕਈ ਮੇਰੇ ਦਲਿਤ ਵੀਰ ਜਾਂ ਜਿਹੜੇ ਅੰਬੇਦਕਰ ਸਾਹਿਬ ਤੇ ਬਹੁਤ ਸਤਿਕਾਰ ਰੱਖਦੇ ਨੇ ਮੈਂ ਵੀ ਬਹੁਤ ਸਤਿਕਾਰ ਕਰਦਾ ਤੇ ਬਹੁਤ ਸਤਿਕਾਰ ਕਰਦਾ ਲੇਕਿਨ ਕੁਝ ਕਮੀਆਂ ਮਨੁੱਖੀ ਤੌਰ ਤੇ ਸਾਡੇ ਕੋਲ ਰਹਿ ਜਾਂਦੀਆਂ ਨੇ ਜਿਨ੍ਹਾਂ ਨੂੰ ਡਿਸਕਸ ਕਰਨਾ ਵੀ ਬੜਾ ਜ਼ਰੂਰੀ ਹੁੰਦਾ ਇਹ ਉਹਨਾਂ ਦਾ ਅਪਮਾਨ ਕਰਨਾ ਨਹੀਂ ਮਨੁੱਖੀ ਤੌਰ ਤੇ ਹੋਈਆਂ ਕਮੀਆਂ ਹੁੰਦੀਆਂ ਨੇ ਜੀ ਦੋ ਕਮੀਆਂ ਬਹੁਤ ਵੱਡੀਆਂ ਭਾਰਤ ਦਾ ਸੰਵਿਧਾਨ ਬਣਾਉਣ ਵੇਲੇ ਜਿਹੜੀਆਂ ਹੋਈਆਂ ਨੇ ਕਿ ਉਹ ਆਪਣੀ ਕੌਮ ਨੂੰ ਅਲੱਗ ਦੇ ਤੌਰ ਤੇ ਮਾਨਤਾ ਨਹੀਂ ਦਵਾ ਸਕੇ
ਜੀ ਭਾਵੇਂ ਆਪ ਉਹਨਾਂ ਨੇ ਮਰਨ ਤੋਂ ਪਹਿਲਾਂ ਬੁੱਧ ਧਰਮ ਧਾਰਨ ਕਰ ਲਿਆ, ਪਹਿਲਾਂ ਸਿੱਖ ਬਣਨਾ ਚਾਹੁੰਦੇ ਸਨ, ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖਤਾ ਕਿ ਜੇ ਅੰਬੇਦਕਰ ਸਿੱਖ ਬਣ ਗਿਆ ਤਾਂ ਮੈਂ ਮਰ ਜਾਣਾ ਰਹਿ ਕੇ ਵਰਤ ਰੱਖਤਾ, ਉਹਦੇ ਬਾਅਦ ਉਹ ਬੋਧੀ ਬਣ ਗਏ। ਆਪ ਭਾਵੇਂ ਉਹ ਬੋਧੀ ਬਣ, ਉਹਨਾਂ ਕਿਹਾ ਮੈਂ ਹਿੰਦੂ ਜੰਮਿਆ ਜ਼ਰੂਰ ਹਾਂ, ਮੈਂ ਹਿੰਦੂ ਮਰਾਂਗਾ ਨਹੀਂ, ਬੋਧੀ ਬਣ ਗਏ। ਲੇਕਿਨ ਉਸ 25 ਟੂ 20 ਧਾਰਾ ਜਿਹੜੀ ਹੈ ਉਹਦੇ ਵਿੱਚ ਇਹ ਵੀ ਲਿਖਿਆ ਕਿ ਜੈਨੀ ਬੋਧੀ ਤੇ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਹੀ ਨਹੀਂ। ਬਿਲਕੁਲ ਬਿਲਕੁਲ, ਚਲੋ ਉਹ ਤੇ ਹੁਣ ਇਹ ਨਾਕਾਮਯਾਬ ਰਹੇ ਸ਼੍ਰੋਮਣੀ ਅਕਾਲੀ ਦਲ NDA ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸੰਸ਼ੋਧਨ ਨਹੀਂ ਕਰਾ ਸਕੇ। ਖੈਰ ਉਹਦੇ ਉੱਤੇ ਵੀ ਅਸੀਂ ਵਿਚਾਰ ਜ਼ਰੂਰ ਕਰਾਂਗੇ ਇਨ ਫਿਊਚਰ। ਜੀ ਇਸ ਕਰਕੇ ਸੰਸ਼ੋਧਨ ਨਹੀਂ ਕਰਾ ਸਕੇ ਕਿਉਂਕਿ ਉੱਥੇ ਸੀਰੀਅਸ ਹੀ ਨਹੀਂ। ਜੀ ਪਹਿਲਾਂ ਬਾਦਲ ਨੇ ਆਪ 25-2 ਧਾਰਾ ਵਾਲਾ ਜਿਹੜਾ ਕੰਸਟੀਟਿਊਸ਼ਨ ਦਾ ਪੇਜ ਹੈ ਉਹਨੂੰ ਪਾੜਿਆ, ਅਗਲਾਈ ਉਹਦੇ ਵਾਸਤੇ ਅਰੈਸਟ ਵੀ ਹੋਏ। ਲੇਕਿਨ ਉਹ ਹੁਣ ਅੱਜ ਇੰਝ ਲੱਗ ਰਿਹਾ ਕਿ ਜਿਵੇਂ ਯਾ ਸਾਰਾ ਦਿਖਾਵਾ ਸੀ ਜਾਂ ਉਸ ਵੇਲੇ ਰਾਜਿੰਦਰ ਸਿੰਘ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਥ ਦੀ ਚਾਬੀ ਇਹਨਾਂ ਦੇ ਕੋਲ ਹੀ ਹੋਏਗੀ। ਦੇਖੋ ਜੀ ਅਜੇ ਤੱਕ ਕੋਈ ਨਵੀਂ ਪੰਥਕ ਜੁਗਤ ਬਣ ਕੇ ਸਾਹਮਣੇ ਨਹੀਂ ਆ ਸਕੀ। ਜੀ ਸਮੇਂ ਦੀ ਲੋੜ ਹੈ ਕਿ ਨਵੀਂ ਲੀਡਰਸ਼ਿਪ ਹੋਵੇ ਜਿਹੜੀ ਪੰਥ ਨੂੰ ਬਰਨਾਈ ਹੋਵੇ, ਜਿਹਨੂੰ ਕੁਰਸੀ ਵੱਲੋਂ ਜ਼ਿਆਦਾ ਇਸ ਗੱਲ ਦੀ ਚਿੰਤਾ ਹੋਵੇ ਕਿ ਮੈਂ ਸਿੱਖ ਸਿਧਾਂਤਾਂ ਨੂੰ ਬਚਾਉਣਾ, ਸਿੱਖ ਕੌਮ ਨੂੰ ਬਚਾਉਣਾ ਜੀ, ਤੇ ਕੌਮ ਦੀ ਹੋਂਦ ਨੂੰ ਬਚਾਉਣਾ ਜੀ, ਤੇ ਫਿਰ ਕੋਈ ਆਸ ਕੀਤੀ ਜਾ ਸਕਦੀ ਹੈ। ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਿਹੜੀ ਹੈ ਇਹੀ ਹੁੰਦੀ ਹੈ ਕਿ ਇਹ ਲੋਕ ਬਹੁਤ ਤਾਕਤਵਰ ਹੋ ਚੁੱਕੇ ਨੇ, ਮਾਇਆ ਬਹੁਤ ਹੈ। ਜਿਸ ਵੇਲੇ ਕੋਈ ਨਵੀਂ ਲੀਡਰਸ਼ਿਪ ਉਭਰਨ ਦੀ ਕੋਸ਼ਿਸ਼ ਕਰਦੀ ਹੈ ਇਹ ਆਪਣੇ ਰਿਸੋਰਸਿਸ ਦੁਆਰਾ ਉਹਨੂੰ ਜਿਹੜਾ ਦਬਾ ਦਿੰਦੇ ਨੇ, ਉਹਦੇ ਉੱਤੇ ਕਈ ਇਲਜ਼ਾਮ ਲਵਾ ਦਿੰਦੇ ਨੇ ਜੀ, ਉਹਨੂੰ ਖਤਮ ਕਰਾ ਦਿੰਦੇ ਨੇ, ਦੌਲਤ ਨਾਲ ਖਰੀਦ ਲੈਂਦੇ ਨੇ। ਪਰ ਰਾਜਿੰਦਰ ਸਿੰਘ ਜੀ ਗੱਲ ਇੱਥੇ ਇੱਕ ਹੋਰ ਵੀ ਬਣਦੀ ਹੈ ਕਿ ਜੇਕਰ ਇਹਨਾਂ ਨੇ ਸਟੈਪ ਚੱਕਿਆ ਹੁੰਦਾ ਤਾਂ ਇਨ ਫਿਊਚਰ ਸਾਨੂੰ ਇਹ ਵੇਖਣ ਨੂੰ ਨਾ ਮਿਲਦਾ, ਲੇਕਿਨ ਇਹਨਾਂ ਨੇ ਸਟੈਪ ਚੱਕਿਆ ਹੀ ਨਹੀਂ ਤਾਂ ਇਨ ਫਿਊਚਰ ਵੀ ਹੁਣ ਅਸੀਂ ਨਹੀਂ ਸਿਕਿਓਰ ਕਰ ਸਕਦੇ ਆਪਣੇ ਆਪ ਨੂੰ। ਤੁਸੀਂ ਇੱਕ ਹੋਰ ਗੱਲ ਨੂੰ ਸਮਝੋ ਜੀ, ਇੱਕ ਸਿਰਫ ਕੌਮ ਨਾਲ ਧਰੋਹ ਨਹੀਂ ਕਮਾ ਰਹੇ, ਆਪਣੇ ਨਾਲ ਵੀ ਕਮਾ ਰਹੇ ਨੇ ਜੀ। ਅੱਜ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਥੋੜੇ ਦਿਨਾਂ ਦੇ ਬਾਅਦ, ਹਰਿਆਣੇ ਦੇ ਵਿੱਚ ਇਹਨਾਂ ਨੇ 2 ਸੀਟਾਂ ਮੰਗੀਆਂ, BJP ਨੇ ਨਹੀਂ ਦਿੱਤੀਆਂ ਜੀ। ਇਹਨਾਂ ਹਰਿਆਣੇ ਦੇ ਵਿੱਚ ਚੌਟਾਲੇ ਦੇ ਨਾਲ ਕੰਪਰੋਮਾਈਜ਼ ਕਰਕੇ ਉੱਥੇ ਇਲੈਕਸ਼ਨ ਲੜਨ ਦੀ ਧਮਕੀ ਦੇ ਰਹੇ ਨੇ, ਕਿਹਾ ਜੀ ਉਹਦੇ ਨਾਲ ਰਲ ਕੇ ਲੜਾਂਗੇ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹ ਸਮਝ ਚੁੱਕੇ ਨੇ BJP ਵਾਲੇ ਕਿ ਇਹਨਾਂ ਦੀ ਤਾਕਤ ਬਹੁਤ ਘੱਟ ਚੁੱਕੀ ਹੈ, ਇਹਨਾਂ ਦੀ ਹੋਂਦ ਖਤਮ ਹੋਣ ਵਾਲੀ ਹੈ, ਇਸ ਕਰਕੇ ਇਹਨਾਂ ਨੂੰ ਕੋਈ ਇੰਪੋਰਟੈਂਸ ਨਹੀਂ ਦੇ ਰਹੇ। ਇਹਨਾਂ ਦੀ ਤਾਕਤ ਸੀ ਆਪਣੀ ਕੌਮ ਦੀ ਤਾਕਤ, ਕੌਮ ਇਹਨਾਂ ਦਾ ਮਗਰ ਖਲੋਦੀ ਇਹਨਾਂ ਦੇ ਸਿਧਾਂਤਾਂ ਕਰਕੇ। ਅੱਜ ਇਹਨਾਂ ਨੇ ਕੌਮ ਨੂੰ ਵੇਚ ਦਿੱਤਾ, ਹੌਲੀ ਹੌਲੀ ਇਹਨਾਂ ਦੀ ਆਪਣੀ ਹਸਤੀ ਖਤਮ ਹੋ ਰਹੀ ਹੈ। ਬਹੁਤਾ ਦੂਰ ਨਹੀਂ ਹੈ ਸਮਾਂ, ਠੀਕ ਹੈ, ਇਸ ਵੇਲੇ BJP ਇਹਨਾਂ ਉੱਤੇ ਡੋਮੀਨੇਟ ਕਰੇਗੀ। ਪਰ ਇੱਕ ਮਸਲਾ ਇਹ ਵੀ ਬਣਦਾ ਕਿ ਜੇਕਰ ਇਹ ਅਗਰ ਇਹ ਖਤਮ ਵੀ ਹੋ ਜਾਂਦੇ ਹਨ, ਲੇਕਿਨ ਫਿਰ ਪੰਥ ਦੀ ਚਾਬੀ ਕਿਹਦੇ ਕੋਲ ਹੋਏਗੀ? ਜੋ ਚਾਹੁੰਦਾ ਸੀਗਾ ਪੰਥ ਦੀ ਚਾਬੀ, ਇਹਦਾ ਮਤਲਬ ਉਹ ਤਾਂ ਫਿਰ ਕਾਮਯਾਬ ਹੋ ਗਿਆ, ਉਹਦਾ ਤਾਂ ਮਿਸ਼ਨ ਸਕਸੈਸਫੁਲ ਹੋ ਗਿਆ। ਸਭ ਤੋਂ ਵੱਡੀ ਜਿਹੜੀ ਅੱਜ ਸਾਡੇ ਸਾਹਮਣੇ ਕੁਐਸਚਨ ਹੈ ਨਾ, ਉਹ ਇਹ ਹੈ ਜਿਹੜਾ ਤੁਸੀਂ ਖੜਾ ਕੀਤਾ, ਉਹਦੇ ਵਿੱਚ ਅਜੇ ਤੱਕ ਕੌਮੀ ਤੌਰ ਤੇ ਵੀ ਅਸੀਂ ਜਿਹੜਾ ਕਾਮਯਾਬ ਨਹੀਂ ਹੋਏ। ਪਰ ਹੁੰਦਾ ਇਹੀ ਹੈ, ਜਿਹੜਾ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਉਹਦੇ ਉੱਤੇ ਇਲਜ਼ਾਮ ਲਾਤੇ ਜਾਂਦੇ ਨੇ, ਇਹਨਾਂ ਕੋਲ ਸਰਮਾਇਆ, ਇਹਨਾਂ ਕੋਲ ਰਿਸੋਰਸਿਸ ਨੇ, TV ਹੈ, ਰੇਡੀਓ ਹੈ, ਉਹਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਹੈ। ਫਿਰ ਇੱਕ ਇਹਨਾਂ ਕੋਲ ਹੋਰ ਬੜੀ ਵੱਡੀ ਕੁੰਡੀ ਹੈ, ਜੱਟ ਭਾਪਾ ਬਦਵੀ ਆਪਸ ਦੇ ਵਿੱਚ ਕੌਮ ਨੂੰ ਵੰਡਣ ਦੀ, ਜਿਹੜੇ ਗੁਰੂ ਮਹਾਰਾਜ ਦੁਆਰਾ ਢਾ ਕੇ ਗਏ ਸਨ, ਖਤਮ ਕਰਕੇ ਗਏ ਸਨ, ਇਹਨਾਂ ਨੇ ਮੁੜ ਕੇ ਵੇਖੀਆਂ ਪੱਕੀਆਂ ਖੜੀਆਂ ਕਰ ਦਿੱਤੀਆਂ ਨੇ ਤੇ ਉਹਨੂੰ ਵਰਤ ਲੈਂਦੇ ਨੇ। ਉਹ ਸਾਡੀ ਭਾਪਾ ਲੀਡਰ ਅੱਗੇ ਆ ਰਹੇ ਸਨ, ਦੁਰਗੰਧ ਲੀਡਰ ਅੱਗੇ ਆ ਗਿਆ, ਜੱਟ ਤਾਂ ਮਰ ਗਏ ਜੀ, ਜੱਟਾਂ ਦੀ ਤਾਂ ਹੋਂਦ ਖਤਮ ਹੋ ਗਈ ਜੀ, ਇਹੋ ਜਿਹੇ ਸਲੋਗਨ ਦੇ ਕੇ ਜਿਹੜਾ ਇਹ ਕੌਮ ਨੂੰ ਗੁਮਰਾਹ ਕਰ ਦਿੰਦੇ ਨੇ। ਇਹ ਤਾਂ ਕੌਮ ਨੂੰ ਸਮਝਣ ਦੀ ਲੋੜ ਹੈ, ਸਾਰੀ ਸਿੱਖ ਕੌਮ ਨੂੰ ਜਾਗਰਤ ਹੋਣ ਦੀ ਲੋੜ ਹੈ ਕਿ ਸਾਨੂੰ ਵੰਡ ਕੇ ਉਹ ਵੀ ਬ੍ਰਹਮਵਾਦੀ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਵਿੱਚ ਮੁੜ ਕੇ ਚਿੰਨ ਕੇ ਸਾਨੂੰ ਸਾਹ ਘੁੱਟ ਕੇ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਬਿਲਕੁਲ, ਅਸੀਂ ਉਹਨਾਂ ਤੋਂ ਬਾਹਰ ਦੇਖੀਏ। ਬਿਲਕੁਲ ਬਿਲਕੁਲ, ਕਾਮਯਾਬ ਹੋ ਗਏ ਉਹ, ਜੋ ਚਾਹੁੰਦੇ ਸੀਗੇ ਉਹ ਹੌਲੀ ਹੌਲੀ ਕਰ ਰਹੇ ਨੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਰਾਜਿੰਦਰ ਸਿੰਘ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਇਸ ਮੰਚ ਦੇ ਉੱਤੇ, ਤੁਸੀਂ ਆਪਣੇ ਪ੍ਰਤੀਕਰਮ ਦਿੱਤੇ ਇਸ ਵਿਸ਼ੇ ਨੂੰ ਲੈ ਕੇ। ਅਤੇ ਮੈਂ ਹੁਣ ਆਪਣੇ ਦਰਸ਼ਕਾਂ ਨੂੰ ਸੱਦਾ ਦੇਣਾ ਚਾਹੁੰਦਾ ਇਸ ਮੰਚ ਦੇ ਉੱਤੇ ਕਿ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਲੇਕਿਨ ਮੈਂ ਕੋਸ਼ਿਸ਼ ਕੀਤੀ ਸੀਗੀ ਉਹਨਾਂ ਸਿਆਸਤਦਾਨਾਂ ਨੂੰ ਲਿਆਉਣ ਦੀ, ਲੇਕਿਨ ਅੱਜ ਕਿਸੇ ਨੇ ਵੀ ਆਉਣ ਦੇ ਲਈ
ਆਪਣੀ ਹਾਮੀ ਨਹੀਂ ਭਰੀ, ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਇਸ ਮੁੱਦੇ ਦੇ ਉੱਤੇ ਨਹੀਂ ਬੋਲਾਂਗੇ। ਜਿਹੜਾ ਭਾਰਤ ਦੇ ਵਿੱਚ ਰਹਿ ਕੇ ਨਹੀਂ ਬੋਲ ਸਕਦਾ ਉਹ ਫੋਨ ਦੇ ਉੱਤੇ ਕਿਉਂ ਬੋਲੇਗਾ? ਕਿਉਂਕਿ ਮੈਂ ਫੈਕਟਸ ਤੁਹਾਡੇ ਸਾਹਮਣੇ ਰੱਖਤੇ, ਕਿੱਥੇ ਉਹਨਾਂ ਦੀ ਆਵਾਜ਼ ਚੱਲਦੀ ਹੈ ਔਰ ਕਿੱਥੇ ਉਹ ਬੋਲਦੇ ਹਨ ਉਹ ਵੀ ਤੁਹਾਡੇ ਸਾਹਮਣੇ ਰੱਖਤੇ। ਜੇਕਰ ਉਹਨਾਂ ਨੇ ਸੰਗਤ ਦੀ ਕਚਹਿਰੀ ਦੇ ਵਿੱਚ ਆ ਕੇ ਬੋਲਣਾ ਹੁੰਦਾ, ਤੁਹਾਡੀ ਕਚਹਿਰੀ ਦੇ ਵਿੱਚ ਆ ਕੇ ਬੋਲਣਾ ਹੁੰਦਾ ਤਾਂ ਅੱਜ ਬੋਲਦੇ, ਲੇਕਿਨ ਅੱਜ ਉਹ ਬੋਲਦੇ ਨਹੀਂ। ਅੱਜ ਉਹ ਕਿੱਥੇ ਨਾ ਕਿੱਥੇ ਖਾਮੋਸ਼ ਨੇ ਔਰ ਉਹਨਾਂ ਦੀ ਖਾਮੋਸ਼ੀ ਸਾਫ਼ ਜ਼ਾਹਿਰ ਕਰਦੀ ਹੈ ਕਿ ਉਹ ਕਿੱਥੇ ਖੜ੍ਹੇ ਨੇ। ਮੈਂ ਹੁਣ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ, ਤੁਸੀਂ ਮੈਨੂੰ ਬ੍ਰੇਕ ਤੋਂ ਬਾਅਦ ਕਾਲ ਕਰ ਸਕਦੇ ਹੋ। ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਹੁਣ ਸਮਾਂ ਤੁਹਾਡੇ ਫੋਨ ਕਾਲਸ ਲੈਣ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਆਲੂਵਾਲੀਆ ਜੀ, ਸਤਿ ਸ਼੍ਰੀ ਅਕਾਲ, ਮੈਂ ਰਾਜਕੁਮਾਰ ਬੋਲ ਰਿਹਾ ਜੀ, ਵਰਜੀਨੀਆ ਤੋਂ। ਸਤਿ ਸ਼੍ਰੀ ਅਕਾਲ ਰਾਜਕੁਮਾਰ ਸਾਹਿਬ, ਠੀਕ ਹੋ? ਬਿਲਕੁਲ ਠੀਕ ਜੀ, ਪਰ ਮੈਂ ਤੁਹਾਡੇ ਨਾਲ ਗੱਲ ਕਰਨੀ ਕਿ ਮੈਨੂੰ ਆਪਣਾ ਟੈਲੀਫੋਨ ਨੰਬਰ ਦਿਓਗੇ ਪਰਸਨਲ, ਉਹ ਮੈਨੂੰ ਅਖੀਰ ਤੇ ਦੇਣਾ ਛੱਡ ਦੇਣਾ ਜੀ ਜੀ। ਪਰ ਜਿਹੜਾ ਮੈਨੂੰ ਅੱਜ ਵੱਡਾ ਦੁੱਖ ਲੱਗਾ ਜੀ, ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਬਰਥਡੇ ਤੇ ਕੀ ਕੀ ਕਰ ਰਹੇ ਹਾਂ ਜੀ, ਤੇ ਲੋਕ ਕਿੰਨੀ ਸਹਿਜ ਨਾਲ ਉਹਨਾਂ ਦੀ ਨਕਲ ਉਤਾਰ ਰਹੇ ਨੇ ਤੇ ਕੀ ਕੀ ਡਰਾਮੇ ਖਿੱਚੇ ਜਾ ਰਹੇ ਨੇ, ਜਦਕਿ ਧਰਮ ਵਿੱਚ ਲਿਆ ਗਿਆ ਕਿ ਇਹ ਇਸ ਗੱਲ ਦੇ ਖਿਲਾਫ਼ ਆ ਸੀ। ਸਿੱਖ ਕੌਮ, ਸਿੱਖ ਮਤਲਬ ਸਿੱਖ ਧਰਮ ਦੇ ਵਿੱਚ ਇਹ ਗੱਲ ਨੀ ਲਿਖੀ ਗਈ ਡਰਾਮਾ ਕੀਤਾ ਜਾਵੇ ਕਿਸੇ ਵੀ ਗੁਰੂ ਦੀ ਸਮੇਂ ਚ ਆ ਕੇ ਉੱਤੇ ਉਹਨਾਂ ਕੋਈ ਬੰਦਾ ਉਹਨਾਂ ਦੇ ਉਹਨਾਂ ਦੇ ਸਟੂਪ ਵਿੱਚ ਆ ਕੇ ਕੋਈ ਪਬਲਿਕ ਵਿੱਚ ਆ ਕੇ ਕੰਮ ਕਰੇ, ਉਹ ਨੀ ਕਦੀ ਵੀ ਏਡਾ ਡਰਾਮਾ ਕਰੇ ਨੀ ਅਜੇ ਵੇਖ ਸਕਦੇ ਜੀ। ਤੇ ਮੈਂ ਤੇ ਗ੍ਰੀਨ ਕਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਜਦ ਮੈਨੂੰ ਝੂਠ ਬੋਲਣ ਵਾਸਤੇ ਕਿਹਾ ਗਿਆ, ਮੈਂ ਇੰਨਾ ਕੁ ਵੱਡਾ ਮੇਰਾ ਰਿਸ਼ਤਾ ਹੈ ਗੁਰੂ ਨਾਨਕ ਦੇਵ ਜੀ ਵਿੱਚ। ਰਾਜਕੁਮਾਰ ਸਾਹਿਬ, ਕਿਵੇਂ ਦੇਖਦੇ ਹੋ ਜਿਹੜੇ ਹੈ ਹੁਣ ਆਪਣੇ ਸਿਆਸੀ ਆਗੂ ਨੇ ਜਿਹੜੇ ਆਪਣਾ ਆਪ ਨੂੰ ਕੌਮ ਦੇ ਪਹਿਰੇਦਾਰ ਕਹਾਉਂਦੇ ਹਨ, ਉਹਨਾਂ ਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ ਤੁਸੀਂ? ਇਹ ਜੀ ਸਭ ਵਿੱਚ ਹਿੰਦੂ ਪਰਿਸ਼ਦ ਤੇ ਡਰੇ ਹੋਏ ਨੇ ਸਾਰੇ, ਮੈਂ ਇਸੇ ਕਿਸ ਵੀ ਤਰੀਕੇ ਨਾਲ ਵੇਖਦਾ ਕਿ ਸਾਡੀ ਸਿੱਖ ਕੌਮ ਨੂੰ ਵੱਖਰੀ ਕੀਤਾ ਜਾ ਰਿਹਾ, ਇਹ ਜਦਕਿ ਵੱਖਰੀ ਨਹੀਂ ਹੈ, ਇਹ ਵੱਖਰੀ ਹੈ ਵੀ ਚਲੋ ਜਿਸ ਤਰੀਕੇ ਨਾਲ ਵੀ ਹੈ, ਬਟ ਇਸ ਤਰ੍ਹਾਂ ਡਰਾਮਾ ਪਲੇਅ ਕਰਨ ਵਾਸਤੇ ਸਾਡੇ ਮਤਲਬ ਵਿੱਚ ਕਈ ਲਿਖੇ ਹੈ, ਇਹ ਵੀ ਲਿਖਿਆ ਗਿਆ ਕਿ ਗੁਰੂ ਨਾਨਕ ਨੂੰ ਡਰਾਮੇ ਤੌਰ ਤੇ ਸਿੱਖ ਇਨਸਾਨ ਆਮ ਇਨਸਾਨ ਪੜ੍ਹੇ ਸੀ, ਮੈਂ ਤਾਂ ਬਚਪਨ ਤੋਂ ਪੜ੍ਹਦੇ ਚੱਲੇ ਆ ਰਿਹਾ, ਠੀਕ ਹੈ ਜੀ, ਇਹ ਲੋਕਾਂ ਨੇ ਮਜ਼ਾਕ ਬਣਾ ਛੱਡਿਆ, ਇਹ ਲੋਕ ਜਿਹੜੇ ਨੇ ਸਾਡੇ ਜਿਹੜੇ ਹਿੰਦੂ ਮੈਂ ਪੜ੍ਹਿਆ ਸਭ ਕੁਛ ਹੈ, ਪਰ ਜਿਹੜਾ ਪੜ੍ਹਿਆ ਬੰਦਾ ਵੀ ਇਸ ਗੱਲ ਨੂੰ ਬੜੇ ਸੰਜੀਦਾ ਤੌਰ ਤੇ ਸਿੱਖ ਮਤਲਬ ਕਿਹਾ ਕਰੋ, ਸਿੱਖ ਧਰਮ, ਸਿੱਖ ਸਿੱਖ ਪੰਥ ਕਿਹਾ ਕਰੋ, ਸਿੱਖ ਯੂਥ ਨਾਲ ਲਾਇਆ ਕਰੋ, ਸਿੱਖ ਪੰਥ ਨਾਲ ਲਾ ਕੇ ਗੱਲ ਕਰਿਆ ਕਰੋ, ਸਿੱਖ ਪੰਥ, ਠੀਕ ਹੈ। ਰਾਜਕੁਮਾਰ ਸਾਹਿਬ, ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਰਿਆਤ ਮਰਿਆਦਾ ਦੀ ਗੱਲ ਰਾਜਿੰਦਰ ਸਿੰਘ ਹੋਰਾਂ ਨੇ ਕੀਤੀ ਸੀ ਕਿ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕੈਨੇਡਾ ਵਿਖੇ ਇੱਕ ਸੰਸਥਾ ਵੱਲੋਂ ਮਾਡਲ ਤਿਆਰ ਕੀਤਾ ਗਿਆ ਸੀਗਾ ਹਰਿਮੰਦਰ ਸਾਹਿਬ ਦਾ, ਜਿੱਥੇ ਅਸੀਂ ਇਹ ਜ਼ਰੂਰ ਕਹਾਂਗੇ ਕਿ ਰਿਆਤ ਮਰਿਆਦਾ ਦਾ ਬਾਕਾਇਦਾ ਤੌਰ ਦੇ ਉੱਤੇ ਧਿਆਨ ਰੱਖਿਆ ਗਿਆ ਸੀਗਾ ਔਰ ਜਿਹੜੀ ਸੰਗਤ ਉਸ ਮਾਡਲ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਸੀਗੇ ਅਤੇ ਬਿਲਕੁਲ ਅਸੀਂ ਰਿਆਤ ਮਰਿਆਦਾ ਦੇ ਵਿੱਚ ਵੇਖ ਸਕਦੇ ਸੀਗੇ, ਉਸ ਟਾਈਮ ਸੰਗਤ ਪਹੁੰਚੀ ਸੀਗੀ ਔਰ ਵਰਲਡ ਤੋਂ ਹਰ ਕਿਸੇ ਨੇ ਪਿਆਰ ਦਿੱਤਾ ਕਿ ਜੇਕਰ ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਲੇਕਿਨ ਇਸ 3D ਮੋਡਿਊਲ ਦੇ ਵਿੱਚ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਸਵਾਲ ਵੱਡਾ ਇਹ ਬਣਦਾ ਕਿ ਜਿਹੜੀਆਂ ਸੰਸਥਾਵਾਂ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ ਹਨ, ਸਭ ਤੋਂ ਵੱਡੀ ਗੱਲ ਸਾਡੇ ਸੂਬੇ ਦੇ ਵਿੱਚ ਕੰਮ ਕਰ ਰਹੀਆਂ ਹਨ ਪੰਜਾਬ ਦੇ ਵਿੱਚ, ਕਿ ਉਹ ਸੰਸਥਾਵਾਂ ਬਿਲਕੁਲ ਵੀ ਵਚਨਬੰਧ ਨਹੀਂ ਹਨ, ਕਿ ਜਿਹੜੀਆਂ ਸੰਸਥਾਵਾਂ ਦੂਜੇ ਸੂਬਿਆਂ ਦੇ ਵਿੱਚ ਅਗਰ ਕੋਈ ਅਜਿਹੀ ਗੱਲ ਕਰਦੀ ਹੈ ਤਾਂ ਉਹਨਾਂ ਦੇ ਉੱਤੇ ਗੱਲ ਕੀਤੀ ਜਾ ਸਕੇ, ਉਹਨਾਂ ਨੂੰ ਦੱਸਿਆ ਜਾ ਸਕੇ ਜਾਂ ਫਿਰ ਉਹਨਾਂ ਨੂੰ ਨੌਲੇਜ ਦਿੱਤੀ ਜਾਵੇ। ਹੁਣ ਜਿਹੜਾ ਦਿੱਲੀ ਦੇ ਵਿੱਚ ਵੀ ਹੋਇਆ ਇੱਕ ਸਵਾਲ ਵੱਡਾ ਬਣਦਾ, ਹੁਣ ਜਿਹੜਾ ਬੰਗਾਲ ਦੇ ਵਿੱਚ ਵੀ ਹੋਇਆ ਵੱਡਾ ਸਵਾਲ ਬਣਦਾ, ਰਾਜਿੰਦਰ ਸਿੰਘ ਜੀ ਖਾਸ ਇਸ ਗੱਲ ਨੂੰ ਕਹਿ ਗਏ ਕਿ ਜਿਹੜੀਆਂ ਤਾਕਤਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ ਉਹ ਸਕਸੈਸ ਹੋ ਗਈਆਂ, ਉਹਨਾਂ ਦਾ ਕੰਮ ਜਿਹੜਾ ਸੀਗਾ ਉਹਨਾਂ ਨੇ ਬਿਲਕੁਲ ਕਰਕੇ ਵਿਖਾਇਆ ਜੋ ਉਹਨਾਂ ਨੇ ਜੋ ਲੰਬੇ ਸਮੇਂ ਤੋਂ ਕਰਨਾ ਚਾਹੁੰਦੇ ਸੀਗੇ। ਪਰ SGPC, DSGMC, ਸ਼੍ਰੋਮਣੀ ਅਕਾਲੀ ਦਲ, ਸਾਰੇ ਨੁਮਾਇੰਦਾ ਜਮਾਤ ਜਿਹੜੀ ਹੈਗੀ ਆ ਉਹ ਕਿੱਥੇ ਵੀ ਇਸ ਦੇ ਉੱਤੇ ਬੋਲਦੀ ਹੋਈ ਨਜ਼ਰ ਨਹੀਂ ਆਈ। ਔਰ ਸਾਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਜਿਹੜੇ ਪੰਥਕ TV ਸਟੇਸ਼ਨ ਹਨ ਉਹਨਾਂ ਨੇ ਵੀ ਇਸ ਗੱਲ ਨੂੰ ਨਹੀਂ ਚੱਕਿਆ।
ਉਹ ਵੀ ਇਸ ਗੱਲ ਨੂੰ ਜ਼ਰੂਰ ਦਬਾ ਗਏ। ਲੇਕਿਨ ਅਸੀਂ ਇਹਦੇ ਉੱਤੇ ਟਿੱਪਣੀ ਜ਼ਰੂਰ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਵਿੱਚੋਂ ਕਿਸੇ ਬੁਲਾਰੇ ਨੂੰ ਜਾਂ ਫਿਰ ਨੁਮਾਇੰਦੇ ਨੂੰ ਲਿਆਇਆ ਜਾਵੇ। ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ, ਬ੍ਰੇਕ ਤੋਂ ਬਾਅਦ ਕਰਾਂਗੇ ਇਸੇ ਦੇ ਉੱਤੇ ਵਿਚਾਰ। ਤਾਂ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਾਲਰ ਜੁੜੇ ਹੋਏ ਨੇ ਮੇਰੇ ਮੇਰੇ ਨਾਲ, ਉਹਨਾਂ ਤੋਂ ਵੀ ਆਪਾਂ ਪੁੱਛ ਲੈਂਦੇ ਹਾਂ ਕਿ ਕੀ ਕੁਝ ਪ੍ਰਤੀਕਰਮ ਉਹ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਦਰਸ਼ਨ ਬੋਲਦਾ ਜੀ, ਲਾਸ ਏਂਜਲਸ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ, ਠੀਕ ਹੋ? ਹਾਂ ਜੀ, ਪਰਫੈਕਟ ਹੈ ਜੀ, ਤੁਹਾਡੀ ਮਿਹਰਬਾਨੀ ਹੈ। ਹਾਂਜੀ ਦਰਸ਼ਨ ਸਿੰਘ ਜੀ, ਕੀ ਵਿਚਾਰ ਰੱਖਣਾ ਚਾਹੋਗੇ? ਗੱਲ ਇਹ ਹੈ ਜੀ ਆਲੂਵਾਲੀਆ ਸਾਹਿਬ, ਸਾਡੀ ਜਿਹੜੀ ਕੌਮ ਦੀ ਬਦਕਿਸਮਤੀ ਕਹਿ ਲਈਏ, ਉਹਦੀ ਇਹ ਗੱਲ ਸਾਰੀ ਅਗਿਆਨਤਾ ਤੋਂ ਨਿਕਲਦੀ ਹੈ ਜੀ। ਜੇ ਗਿਆਨ ਹੋਵੇ ਤਾਂ ਸਾਡੀ ਲੀਡਰਸ਼ਿਪ ਅੱਜ ਜਿਹੜੇ ਦੂਜੇ ਪਾਸੇ ਪੱਬਾਂ ਪਾਰ ਹੋਏ ਫਿਰਦੇ, ਇਧਰਲੇ ਪਾਸੇ ਪੱਬਾਂ ਪਾਰ ਹੋਏ ਫਿਰਦੇ ਹੁੰਦੇ ਜੀ, ਜਿਹੜਾ ਤੁਸੀਂ ਦਿਖਾਇਆ ਅੱਜ ਜੀ। ਠੀਕ ਹੈ ਨਾ, ਇਹ 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 ਹੈਗਾ ਜੀ, ਅਗਿਆਨੀ ਬੰਦੇ ਇਕੱਠੇ ਹੋਏ ਆ ਤੇ ਕੁਛ ਹੋਏ ਆ ਸ਼ਰਾਰਤੀ ਬੰਦੇ ਜੀ, ਸਿਆਸੀ ਲੋਕਾਂ ਨੇ ਕੀਤਾ ਹੋਇਆ ਇਹਨਾਂ ਨੂੰ ਅੱਗੇ, ਤੇ ਇਸ ਕਰਕੇ ਸਾਡੀ ਬਦਕਿਸਮਤੀ ਆ। ਅਸੀਂ ਸਾਡੇ ਸਾਡੀ ਸਾਡੀ ਕਮਿਊਨਿਟੀ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਵੀ ਇਹ ਲੋਕ ਕਹਿੰਦੇ ਚੱਲ ਹੋਊਗਾ ਕਿ ਹੁੰਦਾ ਹੋਈ ਜਾਣ ਦਿਓ, ਆਪ ਮੂਹਰੇ ਆਉਣ ਨੂੰ ਤਿਆਰ ਨਹੀਂ। ਹੁਣ ਤੁਸੀਂ ਮੁੱਦਾ ਚੁੱਕ ਲਿਆ, ਹੁਣ ਤੁਸੀਂ ਤਾਂ ਚੁੱਕ ਲਿਆ, ਹੁਣ ਤੁਸੀਂ ਹੁਣ ਖੁਦ ਦੱਸਿਆ ਵੀ ਜਿਹੜੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਚੈਨਲ ਸੀ ਉਹ ਚੁੱਪ ਬੈਠੇ ਆ। ਸ਼ਰਮ ਹੋਣੀ ਚਾਹੀਦੀ ਹੈ, ਮੈਂ ਸਮਝਦਾ ਹਾਂ ਇਹੋ ਜਿਹੀ ਗੱਲ ਦੇ ਉੱਤੇ ਬਈ ਘੱਟੋ ਘੱਟ ਤੇ ਤੁਸੀਂ ਇਹ ਅਗਿਆਨਤਾ ਦੀ, ਮੈਂ ਤਾਂ ਇਹ ਕਹਿੰਦਾ ਅਗਿਆਨਤਾ ਹੀ ਹੈ, ਤੇ ਬਾਕੀ ਜਿਹੜੇ ਮੂਹਰੇ ਲੱਗੇ ਹੋਏ ਆ ਉਹ ਬੰਦਿਆਂ ਨੂੰ ਸਮਝ ਲਓ ਵੀ ਉਹ ਪੋਲੀਟੀਕਲ ਬੰਦਿਆਂ ਦੇ ਪਾਲੇ ਹੋਏ ਲੋਕ ਹੈ। ਇਸ ਕਰਕੇ ਸਾਨੂੰ ਤਕਲੀਫ ਹੁੰਦੀ, ਸਾਡੇ ਕੋਲ ਏਡਾ ਵੱਡਾ ਗਿਆਨ ਦਾ ਖਜ਼ਾਨਾ ਹੈ, ਉਹਨੂੰ ਅੱਜ ਤੱਕ ਅਸੀਂ ਪ੍ਰਚਾਰ ਹੀ ਨਹੀਂ ਕਰ ਸਕੇ ਜੀ। ਅਸੀਂ ਉਹਨਾਂ ਨੂੰ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਵੀ ਸਾਡੇ ਕੋਲ ਇੱਕ ਸਮੁੰਦਰ ਪਿਆ ਜਿਹੜਾ ਕਿ ਨਾ ਵਹਿਮਾਂ ਭਰਮਾਂ ਤੇ ਹੋਰ ਜਿਹੜੇ ਗੱਲਾਂ 'ਚ ਯਕੀਨ ਕਰਦਾ, ਜਿਹੜਾ ਨਾ ਕਿਸੇ ਧਰਮ ਜਾਤ 'ਚ ਯਕੀਨ ਕਰਦਾ, ਨਾ ਕਿਸੇ ਮਜ਼ਹਬ 'ਚ ਯਕੀਨ ਕਰਦਾ, ਅਸੀਂ ਉਹ ਖਜ਼ਾਨਾ ਸਾਂਭੀ ਬੈਠੇ, ਉਹ ਤੇ ਮੱਥੇ ਟੇਕੀ ਜਾਂਦੇ ਹਾਂ, ਉਹਨੂੰ ਤੂਫਾਨ ਦੇਈ ਜਾਂਦੇ ਹਾਂ। ਉਹ ਕੀ ਫਾਇਦਾ ਉਹਦਾ ਤੂਫਾਨ ਦੇਣ ਦਾ ਤੇ ਮੱਥੇ ਪਾਠ ਕਰਨ ਦਾ ਵੀ ਆਪਾਂ ਨੂੰ, ਜੇ ਉਹਨਾਂ ਨੂੰ ਲੋਕਾਂ 'ਚ ਉਹਨੂੰ ਪ੍ਰਚਾਰੇ ਜੀ। ਮੈਂ ਤਾਂ ਇੰਨਾ ਹੀ ਕਹਿੰਦਾ ਵੀ ਇਹ ਸਾਰੇ ਅਗਿਆਨੀ ਲੋਕ ਇਕੱਠੇ ਹੋਏ। ਮਿਹਰਬਾਨੀ ਤੁਹਾਡੀ ਦਰਸ਼ਨ ਸਿੰਘ ਜੀ, ਮਸਲਾ ਤਾਂ ਫਿਰ ਇਸੀ ਗੱਲ ਦਾ ਕਿ ਇਹਨਾਂ ਨੂੰ ਸਮਝਾਵੇ ਕੌਣ? ਜਿਨ੍ਹਾਂ ਨੇ ਸਮਝਾਉਣਾ ਸੀਗਾ ਉਹ ਤਾਂ ਆਪ ਹੀ ਮੱਥਾ ਟੇਕ ਕੇ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਹੈਲੋ ਵਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਰਿੰਦਰ ਸਿੰਘ ਬੋਲ ਰਿਹਾ ਹਾਂ। ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ। ਗੱਲ ਹੈ ਜੀ, ਇਸ ਵਿੱਚ ਇਹਨਾਂ ਤੋਂ ਜਿਹੜੇ ਸਾਡੇ ਤਿੰਨੇ ਆਉਣ ਜਿਹੜੀਆਂ ਤੁਸੀਂ ਅੱਗੇ ਦੱਸੀਆਂ ਹਨ ਜੀ, ਇਹਨਾਂ ਨੇ ਕੁਛ ਨਹੀਂ ਕਰਨਾ ਜੀ। ਤੁਸੀਂ ਇਹਨੂੰ ਇਸ ਜਿਹੜਾ ਤੁਸੀਂ ਬੜੀ ਬੜੀ ਬਹੁਤ ਵੱਡੀ ਸੇਵਾ ਕਰ ਰਹੇ ਆ, ਇਹਨੂੰ ਕੰਟੀਨਿਊ ਕਰਿਓ ਪਲੀਜ਼। ਇਹਨੂੰ ਖਤਮ ਨਾ ਕਰ ਦਿਓ, ਅੱਜ ਦਾ ਮੁੱਦਾ ਖਤਮ ਕਰਕੇ ਫਿਰ ਗੱਲ ਭੁੱਲ ਜਾਵੇ। ਨਹੀਂ ਬਿਲਕੁਲ ਬਿਲਕੁਲ, ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅੱਜ ਮੈਂ ਇਹਨਾਂ ਦੇ ਕੰਨਾਂ 'ਤੇ ਪਹੁੰਚਾਈ ਹੈ ਔਰ ਕੋਸ਼ਿਸ਼ ਹੋਏਗੀ ਕਿ ਇਹਨਾਂ ਦੇ ਉੱਤੇ ਦਬਾਅ ਪਾ ਕੇ ਘੱਟੋ ਘੱਟ ਇਹ ਉੱਥੇ ਇੱਕ 295A ਧਾਰਾ ਦਰਜ ਕਰਵਾਉਣ, ਕੰਪਲੇਂਟ ਕਰਵਾਉਣ ਔਰ ਲੀਗਲ ਐਕਸ਼ਨ ਲੈਣ। ਹੁਣ ਤਾਂ ਸਾਡੀ ਜੀ ਕਲਮ ਬੋਲਦੀ ਹੈ, ਪਹਿਲਾਂ ਦੇ ਜ਼ਮਾਨੇ ਗਏ ਜਦ ਅਸੀਂ ਹਥਿਆਰ ਚੱਕਦੇ ਸੀਗੇ ਜਾਂ ਫਿਰ ਆਪਾਂ ਜਵਾਬ ਕਿਸੇ ਹੋਰ ਗੱਲ ਨਾਲ ਦਿੰਦੇ ਸੀਗੇ। ਅੱਜ ਤਾਂ ਕਲਮ ਦਾ ਜਮਾਉਣਾ, ਜੇਕਰ ਇਹ ਲੀਗਲ ਐਕਸ਼ਨ ਕਰਦੇ ਹਨ ਸਾਡੀ ਟੀਮ ਵੀ ਬਕਾਇਦਾ ਤੌਰ ਦੇ ਉੱਤੇ SGPC ਨੂੰ ਇਹ ਸਵਾਲ ਕਰੇਗੀ ਔਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ। ਅੱਜ ਮੈਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਫੋਨ ਦੇ ਉੱਤੇ ਲੈ ਕੇ ਆਵਾਂ, ਲੇਕਿਨ ਕੋਈ ਨਹੀਂ ਆਇਆ। ਅਸਲ ਗੱਲ ਇਹ ਹੈ ਕਿ ਸਾਡੇ ਕੋਲ ਸਭ ਕੁਛ ਹੈ, ਸਾਡੇ ਕੋਲ ਸੱਚ ਹੈ, ਸਾਡੇ ਕੋਲ ਪੂਰੀ ਹਿਸਟਰੀ ਹੈ, ਸਾਡੇ ਕੋਲ ਸਭ ਕੁਛ ਹੈ, ਸਿਰਫ ਐਜੂਕੇਟ ਕਰਨ ਦੀ ਲੋੜ ਹੈ ਲੋਕਾਂ ਨੂੰ। ਤੁਸੀਂ ਇਹਨੂੰ ਮੁੜ ਕੇ ਇਹਨੂੰ ਲੋਕਾਂ ਦੱਸਣ ਦੀ ਲੋੜ ਹੈ ਕਿ ਇਹ ਸਾਰੇ ਫੋਕਟ ਹੈ, ਇਹਨਾਂ 'ਚ ਹੈ ਕੁਛ ਨਹੀਂ ਜਿਹੜੇ ਕਰ ਰਹੇ ਇੱਦਾਂ ਸ਼ਰਾਰਤਾਂ। ਬਿਲਕੁਲ, ਮੈਂ ਤਾਂ ਇੱਥੇ ਵੀ ਜਿਹੜੀ ਔਰਗਨਾਈਜੇਸ਼ਨਸ ਹਨ ਉਹਨਾਂ ਨੂੰ ਵੀ ਮੈਂ ਅਪੀਲ ਕਰਨਾ ਚਾਹਾਂਗਾ ਕਿ ਤੁਹਾਡੇ ਕੋਲ ਵੀ ਇਸ ਗੱਲ ਦੀ ਪਾਵਰ ਹੈਗੀ ਕਿ ਜੇਕਰ ਇੰਡੀਆ ਦੇ ਵਿੱਚ ਵੀ ਕੋਈ ਸਾਡੇ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰਦਾ ਹੈ ਤਾਂ ਤੁਸੀਂ ਲੀਗਲ ਐਕਸ਼ਨ ਲੈ ਸਕਦੇ ਹੋ, ਤੁਸੀਂ ਆਪਣੇ ਵਕੀਲ ਦੇ ਨਾਲ ਰਾਬਤਾ ਕਾਇਮ ਕਰਕੇ ਵਧੇਰੀ ਜਾਣਕਾਰੀ ਵੀ ਲੈ ਸਕਦੇ ਹੋ, ਬਟ ਯੂ ਹੈਵ ਦੈਟ ਰਾਈਟਸ। ਸੋ ਤਾਂ ਕਿ ਜਿਹੜੀਆਂ ਉੱਥੇ ਸਾਡੀਆਂ ਸਰਕਾਰਾਂ ਸੋ ਗਈਆਂ ਹਨ, ਜਿਹੜੀਆਂ ਸਾਡੀ ਉੱਥੇ ਨੁਮਾਇੰਦਾ ਜਮਾਤ ਸੋ ਗਈ ਹੈ, ਘੱਟੋ ਘੱਟ ਅਸੀਂ ਵਚਨਬੰਦ ਹੋਈਏ ਔਰ ਇੱਥੋਂ ਉਹਨਾਂ ਨੂੰ ਕਮਕਰਨੀ ਨੀਂਦ ਤੋਂ ਉਠਾ ਸਕੀਏ। ਹਾਂ, ਕਿਉਂਕਿ ਅਸੀਂ ਵੀ ਤਾਂ ਇਫੈਕਟ ਹੁੰਦੇ ਹਾਂ, ਸਾਡੀ ਸੈਂਟੀਮੈਂਟਸ ਹੈ। ਅਸੀਂ ਇਹ ਨਹੀਂ ਮਤਲਬ ਜੇ ਬਾਹਰ ਰਹਿੰਦੇ ਤਾਂ ਸਾਡਾ ਕੋਈ ਮਤਲਬ ਹੈਗਾ, ਅਸੀਂ ਉਹਨਾਂ ਨੂੰ ਚੈਲੰਜ ਕਰ ਸਕਦੇ ਹਾਂ, ਤੁਹਾਨੂੰ ਐਕਸ਼ਨ ਲੈ ਸਕਦੇ ਹਾਂ। ਬਿਲਕੁਲ ਬਿਲਕੁਲ, ਪੰਥ ਤਾਂ ਇਕੱਠਾ ਹੀ ਹੈ ਨਾ ਜੀ, ਪੰਥ ਤਾਂ ਇੱਕ ਹੀ ਹੈ, ਭਾਵੇਂ ਅਸੀਂ ਇੱਥੋਂ ਬੈਠ ਕੇ ਉਹਨਾਂ ਨੂੰ ਨੌਕ ਨੌਕ ਕਰਵਾਈਏ, ਲੇਕਿਨ ਕਰਵਾਉਣੀ ਜ਼ਿੰਮੇਵਾਰੀ ਉਹਨਾਂ ਔਰਗਨਾਈਜੇਸ਼ਨ ਦੀ ਵੀ ਪੈ ਜਾਂਦੀ ਜਿਹੜੀ ਇੱਥੇ ਵਚਨਬੰਦ ਹਨ।
ਤੇ ਉਹ ਵੀ ਕਰ ਸਕਦੀ ਬਿਲਕੁਲ 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 ਚਾਬੀ ਅਲਮਾਰੀ ਦੀ ਸਾਡੇ ਕੋਲ ਹੀ ਹੋਣੀ ਚਾਹੀਦੀ ਹੈ, ਖਜ਼ਾਨਾ ਤੇ ਅੰਦਰ ਗੁਰੂ ਸਾਹਿਬ ਨੇ ਪਾਇਆ ਹੋਇਆ, ਕੱਢ ਕੇ ਕੋਈ ਹੋਰ ਲੈ ਜਾ ਰਿਹਾ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਮਿਹਰਬਾਨੀ ਤੁਹਾਡੀ ਵੀ। ਸੁਰਿੰਦਰ ਸਿੰਘ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਰੋਜ਼ਾਨਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜਿਹੜੇ ਇਸ਼ੂਜ਼ ਨੂੰ ਦਬਾ ਦਿੱਤਾ ਜਾਂਦਾ, ਲੇਕਿਨ ਇਹ ਮੰਚ ਬਣਾਇਆ ਇਸ ਕਰਕੇ ਹੈ, ਇਸ ਮੰਚ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਸੀਗੀ ਕਿ ਇਹਨਾਂ ਇਸ਼ੂਜ਼ ਨੂੰ ਅਸੀਂ ਜ਼ਰੂਰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਈਏ, ਔਰ ਜ਼ਿੰਮੇਵਾਰੀ ਸਾਡੀ ਵੀ ਬਣ ਜਾਂਦੀ ਹੈ, ਜ਼ਿੰਮੇਵਾਰੀ ਤੁਹਾਡੀ ਵੀ ਬਣ ਜਾਂਦੀ ਹੈ। ਵਧੇਰੀ ਜਾਣਕਾਰੀ ਲੇਕਰ ਜੇਕਰ ਤੁਸੀਂ ਮੈਨੂੰ ਕਿਸੇ ਵੀ ਇਸ਼ੂ ਦੇ ਉੱਤੇ ਚਾਹੁੰਦੇ ਹੋ ਕਿ ਮੈਂ ਇਸ ਇਸ਼ੂ ਨੂੰ ਵੀ ਲੈ ਕੇ ਆਵਾਂ, ਬਾਕਾਇਦਾ ਸਵਾਲ ਪੁੱਛੇ ਜਾਣ ਪੈਰੋਕਾਰਾਂ ਤੋਂ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com। ਤੁਹਾਡੀ ਸੇਵਾ ਦੇ ਵਿੱਚ ਅਸੀਂ ਕੱਲ੍ਹ ਮੁੜ ਤੋਂ ਆਵਾਂਗੇ, ਔਰ ਰੱਖਾਂਗੇ ਕੋਈ ਨਵਾਂ ਮਸਲਾ ਜੋ ਕਿ ਕਰ ਰਿਹਾ ਸਾਨੂੰ ਉਜਾਗਰ, ਔਰ ਜੋ ਕਿ ਜੇਕਰ ਕਿਸੇ ਸਿਆਸਤਦਾਨ ਨੂੰ ਉਹ ਕੁੰਭਕਰਨੀ ਨੀਂਦ ਸੁਲਾ ਰਿਹਾ ਤਾਂ ਉਹਨੂੰ ਵੀ ਜ਼ਰੂਰ ਉਠਾਵਾਂਗੇ ਔਰ ਦੱਸਾਂਗੇ ਕਿ ਆ ਔਰ ਕਰ ਸਾਡੇ ਨਾਲ ਅੱਜ ਦਾ ਮੁੱਦਾ। ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ, ਧੰਨਵਾਦ ਅਤੇ ਸਤਿ ਸ਼੍ਰੀ ਅਕਾਲ।